Dar ca pavel,
ਸਾਡੀਆਂ ਕੋਸ਼ਿਸ਼ਾਂ ਤੋਂ ਇਹ ਗੱਲ ਬਾਹਰ ਹੋ ਜਾਂਦੀ ਹੈ ਫਿਰ ਘਰ ਵਿੱਚ ਪਾ ਕੇ ਮੰਦਰਾਂ ਵਿੱਚ ਮਸਜਿਦਾਂ ਵਿੱਚ ਗੁਰਦੁਆਰਿਆਂ ਵਿੱਚ ਤੇ ਗੁਰੂ ਅੱਗੇ ਵੀ ਗੋਡੇ ਟੇਕੀ ਦੇ ਨੇ ਗਲ ਵਿੱਚ ਪੱਲਾ ਪਾਈ ਦੇ ਸਾਨੂੰ ਸੁੱਖ ਦੇ ਤੇ ਗੁਰੂ ਅੱਗੇ ਬੰਦਾ ਤਾਂ ਹੀ ਹੱਥ ਬੰਨ ਕੇ ਖੜਦਾ ਹੈ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਐਫਰਟਸ ਮੇਰੀਆਂ ਕੋਸ਼ਿਸ਼ਾਂ ਉਨੀਆਂ ਕਾਮਯਾਬ ਨਹੀਂ ਹੋਣੀਆਂ ਜਿੰਨੀਆਂ ਗੁਰੂ ਦੀਆਂ ਬਖਸ਼ਾਂ ਨਾਲ ਮੈਨੂੰ ਸੁੱਖ ਮਿਲ ਸਕਦਾ ਉਹ ਅਰਦਾਸ ਤੇ ਆ ਖੜਦੇ ਆਪਣਾ ਤਾਣ ਮਾਣ ਲਾਈ ਦੇ ਸਾਇੰਸ ਨੇ ਬੜੀ ਤਰੱਕੀ ਕੀਤੀ ਬੜੀ ਕੋਸ਼ਿਸ਼ ਕੀਤੀ ਬੜੀ ਸਫਲਤਾ ਵੀ ਪ੍ਰਾਪਤ ਕੀਤੀ ਸੰਸਾਰ ਨੂੰ ਸੁੱਖ ਦੇਣ ਵਾਸਤੇ ਬੜੇ ਬੜੇ ਔਖੇ ਕੰਮ ਛੁਟਕਾਰਾ ਦੇ ਦਿੱਤਾ ਮਨੁੱਖ ਨੂੰ ਮਸ਼ੀਨ ਕਰਨ ਲੱਗ ਪਏ ਆਪਾਂ ਪੰਜਾਬ ਵਿੱਚੋਂ ਆਏ ਜਿਉਂ ਜੱਟ ਦਾਤੀ ਚੱਕਦਾ ਸੀ ਵਿਸਾਖੀ ਨੂੰ ਸਾਰਾ ਵਿਸਾਖ ਕਣਕ ਵੱਢੀ ਜਾਂਦਾ ਸੀ ਭਰੀਆਂ ਬੰਨੀ ਜਾਂਦਾ ਸੀ ਕੰਡਿਆਂ ਤੇ ਢੋਈ ਜਾਂਦਾ ਸੀ ਖੜੀਆਂ ਲਾਉਂਦਾ ਸੀ ਫਿਰ ਗਾਹ ਪਾਉਂਦਾ ਸੀ ਪੈੜੀਆਂ ਪੱਟਦਾ ਸੀ ਧੜਾ ਨਿਖਾਰਦਾ ਸੀ ਜੇਠ ਵੀ ਲੰਘ ਜਾਂਦਾ ਸੀ ਤੇ ਦਾਣੇ ਹੁੰਦੇ ਤੇ ਸੌਵਣ ਜਿਹਦੇ ਪਿੰਡ ਵਿੱਚ ਸੌਵਣ ਦਾਣੇ ਹੋ ਜਾਣ ਨਾ ਬੱਲੇ ਬੱਲੇ ਹੋ ਜਾਂਦੇ ਸੀ ਕਹਿੰਦੇ ਤੇ ਸੌਵਣ ਕਣਕ ਹੋ ਗਈ ਸੌਵਣ ਦੇ ਪੱਕੇ ਹੋਏ 40 ਮਣ ਤੇ 40 ਮਣ ਪੱਕਿਆਂ ਦੇ ਹੋਏ 16 ਕੁਇੰਟਲ ਤੇ ਹੁਣ 16 ਕੁਇੰਟਲ ਤੇ ਸਾਂਝੀ ਨੀ ਰਲਦਾ ਕਰਨੇ ਕੀ ਹੈ ਨੌਕਰ ਨੀ ਰਲਦਾ ਤੇ ਕਿੰਨਾ ਸਾਧਨ ਸਖਾਲਾ ਹੋ ਗਿਆ ਕਿ 3 ਮਹੀਨੇ ਖੇਤਾਂ ਵਿੱਚ ਫਿਰ ਕੇ ਜਿਹੜੇ 100 ਮਣ ਦਾਣੇ ਚੱਕਦਾ ਸੀ ਨਾ ਟਰੈਕਟਰ ਤੇ ਹੁਣ 500 ਕੁਇੰਟਲ ਸਿੱਧੀ ਖੇਤ ਤੋਂ ਮੰਡੀ ਤੇ ਮੰਡੀ ਤੋਂ ਜੇਬ ਵਿੱਚ ਸਦਨਾ ਮਾਤ ਲਾਉਣਾ ਹੀ ਨੀ ਦਾਤੀ ਚੱਕਣੀਆਂ ਨੇ ਤਕੜੀਆਂ ਨਾਲ ਧੜਾ ਨਿਖਾਲਣੀ ਨੀ ਹਾਲੀ ਵਾਹਣਾ ਹਰਟ ਨੀ ਅੱਕਣਾ ਸਵਗੇ ਨੀ ਮਾਰਨੇ ਸਭ ਕੁਛ ਮਸ਼ੀਨਰੀ ਕਰਨੇ ਆ ਜਿਹੜਾ ਸਾਡਾ ਬੀਬੀਆਂ ਦਾ ਲੜਨੇ ਨੂੰ ਬੜਾ ਸੁੱਖ ਹੈ ਕੱਪੜੇ ਨੀ ਹੱਥ ਨਾਲ ਧੋਣੇ ਵੇਲਣਾ ਫੇਰਨਾ ਨੀ ਫੇਰਨਾ ਚੱਕੀ ਨੀ ਫੇਰਨੀ ਕਪਾਹ ਨੀ ਚੁਗਣੀ ਮਿਰਚਾਂ ਨੀ ਚੁਗਣੀਆਂ ਤੇ ਇਹਨਾਂ ਨੂੰ ਤਾਂ ਇੰਨਾ ਸੁੱਖ ਹੋਇਆ ਨਾ ਭੈਣਾਂ ਨੂੰ ਇਹ ਸਾਨੂੰ ਲੱਸੀ ਵੀ ਤਾਂ ਦੇਣਗੀਆਂ ਜੇ ਬਿਜਲੀ ਆ ਜਾਵੇ ਨਹੀਂ ਮੱਕੀ ਦੀ ਰੋਟੀ ਸਾਗ ਹੈ ਭਾਈ ਖਾਈ ਜੇ ਨਰਕੇ ਜੇ ਪਾਣੀ ਨਾਲ ਮੈਂ ਤੈਨੂੰ ਕਿੱਥੋਂ ਦੇ ਮੈਂ ਬਿਜਲੀ ਨੀ ਆਈ ਹੁਣ ਲੱਸੀ ਵੀ ਤਾਂ ਮਿਲੂ ਜੇ ਬਿਜਲੀ ਆ ਜਾਵੇ ਨਹੀਂ ਤਾਂ ਸੁੱਕੀਆਂ ਛਕੋ ਨਹੀਂ ਬੜੇ ਸੁੱਖਾਂ ਦੇ ਸਾਧਨ ਮਸ਼ੀਨ ਤੇ ਕੱਪੜੇ ਪਾਏ ਆਪੇ ਧੋਂਦੀ ਹੈ ਆਪੇ ਸੁਕਾਉਂਦੀ ਹੈ ਪਤਾ ਨੀ ਥੋੜੀ ਜਿਹੀ ਦੇਰ ਨੂੰ ਕੋਈ ਮਸ਼ੀਨ ਐਸੀ ਨਿਕਲ ਆਵੇ ਪ੍ਰੈਸ ਵੀ ਖੁੱਲੇ ਕਰ ਦੇਵੇ ਕੈਨੇਡਾ ਵਿੱਚ ਮੈਨੂੰ ਨੌਰਥ ਪੋਲ ਤੇ ਲੈ ਗਏ ਬਹੁਤ ਦੂਰ ਮਕੰਜੀ ਪ੍ਰਿੰਸ ਜਾਰਜ ਬੜੀ ਬਰਫ਼ ਪੈਂਦੀ ਹੈ ਦਰਖਤਾਂ ਉੱਪਰ ਵੀ ਬਰਫ਼ ਉਸੇ -40 ਤਾਂ ਆਵੇਂ ਰਹਿੰਦਾ ਆਵੇਂ 35-40 ਤੱਕ ਉੱਥੇ ਆਮ ਜੇ 4 ਮੈਂਬਰ ਹੈ ਘਰ ਦੇ ਤਾਂ ਇੱਕ ਦੀ ਡਿਊਟੀ ਇਹ ਲੱਗੀ ਹੈ ਤੂੰ ਜੌਬ ਤੇ ਨੀ ਜਾਣਾ ਤੂੰ ਆਪਣੇ ਕੋਠੇ ਤੋਂ ਬਰਫ਼ੇ ਲਾਉਂਦੀ ਜਾਂਦਾ ਹੈ ਜੇ ਤੂੰ ਨਾ ਲਾਈ ਤੇ ਸਾਰੇ ਵਿੱਚੇ ਆ ਜਾਂਗੇ ਉਹਦੇ ਕੰਮ ਉੱਥੇ ਬਰਫ਼ ਮੈਨੂੰ ਇੱਕ ਕਮੇਟੀ ਦਾ ਪ੍ਰਧਾਨ ਕਹਿੰਦਾ ਜੀ ਤੁਹਾਨੂੰ ਥੋੜਾ ਜਿਹਾ ਹੋਰ ਗਾਂ ਲਿਜਾਉਣਾ ਇੱਕ ਗੁਰਦੁਆਰਾ ਦਿਖਾਉਣਾ ਹੈ ਤੁਹਾਨੂੰ ਮੈਂ ਕਿਹਾ ਪ੍ਰਧਾਨ ਸਾਹਿਬ ਦੇਖੀ ਦੀ ਹੈ ਨਰਮੈਸ਼ ਗੁਰਦੁਆਰੇ ਦੇ ਕਰੀਦੇ ਦਰਸ਼ਨ ਦੇਖਣ ਨੀ ਜਾਈਦੇ ਗੁਰਦੁਆਰੇ ਦੇ ਦੀਦਾਰ ਕਰੇ ਦੇ ਗੁਰੂ ਦੇ ਘਰ ਦੇ ਦੇਖਣ ਜਾਇਆ ਕਰੋ ਇੱਥੇ ਐਲਿਜ਼ਾਬੈਥ ਦਾ ਮਹਿਲ ਇੱਥੇ ਆਇਆ ਕਰੋ ਗੁਰੂ ਦੇ ਦਿਲ ਦੇ ਦਰਸ਼ਨ ਕਰਨ ਕਹਿੰਦਾ ਬਾਬਾ ਜੀ ਤੁਸੀਂ ਚੱਲੋ ਤਾਂ ਸਹੀ ਵੇਖੋ ਅਸੀਂ ਗੁਰਦੁਆਰਾ ਬਣਾਇਆ ਮੈਂ ਕਿਹਾ ਕੀ ਸਿਫਤਾਂ ਨੇ ਮੈਂ ਉਹਦੀ ਨਾਲ ਸਮਝ ਲਈ ਵੀ ਖੌਮੇ ਦਾ ਟੈਂਪਰੇਚਰ ਚੜਿਆ ਮੈਂ ਕਹਿੰਦਾ ਬਾਬਾ ਜੀ ਅਸੀਂ
ਗੁਰਦੁਆਰਾ ਬਣਾਇਆ ਉੱਥੇ ਭਾਂਡੇ ਵੀ ਮਸ਼ੀਨ ਮਾਂਜਦੀ ਹੈ, ਸਬਜ਼ੀ ਵੀ ਮਸ਼ੀਨ ਕੱਟਦੀ ਹੈ, ਆਟਾ ਵੀ ਮਸ਼ੀਨ ਗੁੰਨਦੀ ਹੈ, ਰੋਟੀਆਂ ਵੀ ਮਸ਼ੀਨ ਪਕਾਉਂਦੀ ਹੈ। ਮੈਂ ਕਿਹਾ ਬਸ ਕਰ ਪ੍ਰਧਾਨ, 6 ਮਹੀਨੇ ਨੂੰ ਖਾਊਗੀ ਵੀ ਮਸ਼ੀਨ, ਸਾਧਨਾ ਵੀ ਛੁੱਟੀ ਹੋਣ ਵਾਲੀ ਆ। ਮੈਂ ਕਿਹਾ ਤੇਰਾ ਗੁਰਦੁਆਰਾ ਚ 5 ਸਟਾਰ ਹੋਟਲ ਹੈ ਜਿੱਥੇ ਹੱਥਾਂ ਨਾਲ ਭਾਂਡੇ ਨੀ ਮਾਂਜੇ ਜਾਂਦੇ, ਹੱਥਾਂ ਨਾਲ ਝਾੜੂ ਨੀ ਦਿੱਤਾ ਜਾਂਦਾ, ਪੱਕਾ ਫੇਰੀ ਪਾਣੀ ਢੋਵਾ ਹਰ ਜਨ ਕੇ ਪੀਸਣ ਪੀਸ ਕਮਾਵਾ, ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ, ਮੈਂ ਤਾਂ ਸੰਗਤ ਦਾ ਆਟਾ ਵੀ ਹੱਥੀ ਪੀਵਾਂ। ਤੇ ਹੁਣ ਸਿੱਖ ਪੰਗਤ ਵਿੱਚ ਬੈਠ ਕੇ ਔਖਾ ਹੀ ਹੈ, ਪੰਗਤ ਵਿੱਚ ਖਾਈ ਜਾਂਦਾ ਪ੍ਰਸ਼ਾਦਾ ਛਕੀ ਜਾਂਦਾ, ਤੇ ਜਦ ਛਕ ਲਵੇ ਨਾ ਸਿੱਖ ਆਲੇ ਦੁਆਲੇ ਵੇਖਦਾ ਵੀ ਕੋਈ ਥਾਲ ਚੱਕਣ ਵਾਲਾ ਆਊਗਾ ਕਿ ਮੈਨੂੰ ਇਹ ਚੱਕਣਾ ਪਊਗਾ। ਬੜਾ ਔਖੀ ਜੀ ਹੋਈ ਹੁੰਦੀ ਹੈ ਸੇਵਾ, ਹੱਥ ਬੰਨ ਕੇ ਤੁਸੀਂ ਕੁਛ ਢਾਲ ਲੈਂਦੇ ਹੋ, ਤੁਹਾਡਾ ਧੰਨਵਾਦ ਜੀ, ਇੱਥੇ ਕੁ ਵੀ ਖੜੇ ਰਹੋ ਤੁਸੀਂ। ਬਾਬਾ ਜੀ ਕੋਈ ਸੇਵਾ ਦੱਸੋ, ਤੇ ਜੇ ਕਹਾਂ ਤੂੰ ਕੋਈ ਪਾਣੀ ਦਾ ਗਲਾਸ ਮੰਗਾ ਲਵੇ, ਸਿੱਖ ਆਲੇ ਦੁਆਲੇ ਵੇਖਦਾ ਵੀ ਹੋਰ ਜਾਣ ਵਾਲਾ ਹੈਗਾ ਕਿ ਮੈਨੂੰ ਇਹ ਜਾਣਾ ਪਊਗਾ, ਬੜੀ ਪ੍ਰੋਬਲਮ ਖੜੀ ਹੋ ਜਾਂਦੀ ਹੈ। ਉੱਥੋਂ ਹੀ ਹੱਥ ਮਾਰੂਗਾ ਫਲਾਣਾ ਸੇ ਲਿਆ ਇੱਕ ਪਾਣੀ ਦਾ ਗਲਾਸ, ਗਾਹਾਂ ਟ੍ਰਾਂਸਫਰ ਕਰ ਦਿੰਦੇ ਹੁਕਮ ਨੂੰ ਸੇਵਾ ਨੂੰ। ਤੇ ਇੱਕ ਹੋਰ ਨਵਾਂ ਹੀ ਰਿਵਾਜ ਸਿੱਖਾਂ ਚ ਲਿਆ ਉਹਨੇ, ਬਾਬਾ ਜੀ ਕੋਈ ਹੋਰ ਸੇਵਾ ਦੱਸੋ ਹੋਰ, ਵੀ ਪਹਿਲਾਂ 50 ਕਰ ਲਈਆਂ ਇੱਥੇ ਆਖੋ ਸਾਧਨਾ ਕਰੀ ਇੱਕ ਵੀ ਨੀ, ਤੇ ਕਹੂਗਾ ਹੋਰ ਸੇਵਾ। ਹੋਰ ਸੇਵਾ ਤਾਂ ਉਹ ਪੁੱਛੇ ਜਿਹਨੇ 5-7 ਪਹਿਲਾਂ ਕਰੀਆਂ ਹੋਣ, ਵਿਆਹ ਪਰ ਹੋਰ ਸੇਵਾ ਦੂਜੀ ਹੁੰਦੀ ਹੈ ਜਿਹਨੂੰ ਗੰਦ ਝਾੜਨੀ ਕਹਿੰਦੇ ਹੈ, ਇੱਕੇ ਹੋਰ ਸਾਧਨਾ ਉਹ ਕਰਦਾ, ਫਿਰ ਹੋਰ ਸੇਵਾ ਕੀ ਹੁੰਦੀ। ਗੰਨੀ ਕਤਰਾਉਣ ਲੱਗ ਪਏ ਆਪਾਂ, ਕਿੰਨੇ ਸੁੱਖ ਰੱਬ ਨੇ ਦੇ ਦਿੱਤੇ, ਕੋਈ ਹੱਥੀ ਬੋਝ ਭਾਰ ਨਹੀਂ ਚੱਕਣਾ, ਸੈਲਫ ਕਨਵਿੰਸ ਦੇ ਦਿੱਤੀਆਂ, ਬੈਡ ਲੱਗੇ ਹੁੰਦੇ ਨੇ ਦੇਖੋ ਆਪਣੇ ਬਾਪੂ ਕਦੇ ਗੁਰਮੁਖੋ ਬਾਬਿਆਂ ਕਦੇ। ਨੋਟ ਕਰ ਲਿਓ, ਜਿਹੜਾ ਮਨੁੱਖ ਅੱਗੇ ਤੇ ਪਿੱਛੇ ਨਿਗਾਹ ਨਾ ਮਾਰੇ, ਵਰਤਮਾਨ ਨੂੰ ਦੇਖਣ ਲੱਗ ਜਾਵੇ ਪ੍ਰੇਮੀ, ਉਹ ਖਤਾ ਖਾਂਦਾ ਹੁੰਦਾ, ਉਹ ਫਿਰ ਉਜਾਇਆ ਕਰਦਾ। ਪਿੱਛੇ ਅੱਗੇ ਵੇਖੋ, ਪਿੱਛੇ ਸੀ ਕੀ ਸੀ, ਗਾਹ ਨੂੰ ਸਾਨੂੰ ਕੀ ਹੋਣਾ ਚਾਹੀਦਾ, ਤੇ ਤੂੰ ਗਬਲੀ ਗਬਲੀ ਉਹ ਡਾਂਗ ਚੱਕੀ ਫਿਰਦਾ ਵੀ ਹੁਣ ਗਿਆ ਹੈ। ਇੱਕ ਵਿਧਾਨ ਦੀ ਗੱਲ ਕਹਿ ਰਿਹਾ ਤੁਹਾਨੂੰ, ਜਿਹੜਾ ਹੁਣ ਹੈ ਨਾ ਪ੍ਰੈਜੈਂਟ, ਇਹ ਨਾ ਕਿਸੇ ਕੋਲ ਰਿਹਾ ਤੇ ਨਾ ਗਾਹ ਨੂੰ ਇਹਨੇ ਰਹਿਣਾ ਕਿਸੇ ਕੋਲ, ਇਹ ਨਹੀਂ ਕਿਸੇ ਦਾ ਮਿੱਤ ਬਣਿਆ, ਇਹ ਤਾਂ ਆਇਆ ਨੀ ਤੇ ਗਿਆ ਨੀ, ਜੁੜੋ ਕੁਝ ਆਪਣੇ ਆਉਣ ਨਾਲ ਆਦ ਨਾਲ ਤੇ ਜੁੜੋ ਆਪਣੇ ਅੰਤ ਨਾਲ, ਆਪਣੇ ਪਿੱਛੇ ਨਾਲ ਜੁੜੋ, ਕਦੇ ਜੁੜੇ ਹੀ ਨਹੀਂ। ਜੇ ਜੁੜ ਜਾਓ ਜੋ ਕੁਝ ਵਾਹਿਗੁਰੂ ਨੇ ਦਿੱਤਾ ਉਹਨੂੰ ਬਹੁਤ ਕਹਿ ਦੋ, ਜੁੜਿਆ ਹੀ ਨਹੀਂ ਵੀ ਜਿੱਦਣ ਆਇਆ ਸੀ ਉਹ ਜਿੰਨੇ ਵੀ ਤੁਸੀਂ ਬੈਠੇ ਹੋ ਪ੍ਰੇਮੀ ਹੋ, ਬੇਨਤੀ ਹੋਏ ਵੀ ਜਿੱਦਣ ਤੁਸੀਂ ਜੰਮੇ ਤੇ ਤੁਹਾਡੇ ਚੋਂ ਕੋਈ ਆਪ ਨਹਾਤਾ ਤਾ ਉਹਨਾਂ, ਕਿਸੇ ਨੇ ਇਸ਼ਨਾਨ ਆਪ ਕਰੇ ਤੇ, ਕਿਸੇ ਨੇ ਝੱਕਾ ਆਪ ਪਾਇਆ ਤਾ ਉਹਨਾਂ, ਕਿਸੇ ਭੈਣ ਦੇ ਨਰਾਜ਼ ਹੋਣੇ, ਕਿਸੇ ਬੀਬੀ ਨੇ ਕੱਚੀ ਪਾਤੀ ਹੋਣੀ ਹੈ, ਕਿਸੇ ਨੇ ਇਹਨੂੰ ਲਾਇਆ ਨਾ, ਜਿੱਦਣ ਜਾਏਗਾ ਉਦਣ ਕਿਹੜਾ ਸਾਬਣ ਆਪ ਮਿਲੇਗਾ, ਕੋਈ ਸਾਧਨਾ ਉਦਣ ਪੈਂਟ ਆਪ ਕਸੇਗਾ। ਜਿੱਦਣ ਆਏ ਕਿਸੇ ਨੇ ਨੜਾਇਆ, ਜਿੱਦਣ ਜਾਏਗਾ ਉਦਣ ਵੀ 4 ਭਾਈ ਉਹ ਗੜਵੀਆਂ ਪਾਉਣਗੇ, ਉਦਣ ਕਿਹੜਾ ਪੱਗ ਆਪ ਬੰਨੇਗਾ। ਜੁੜ ਜਿਹੜਾ ਆਪਣੇ ਪਿਛੋਕੇ ਨਾਲ, ਜੁੜ ਜਿਹੜਾ ਆਪਣੇ ਆਉਣ ਵਾਲੇ ਸਮੇਂ ਨਾਲ, ਤੈਨੂੰ ਪਤਾ ਲੱਗੇ ਤੂੰ ਹੈ ਕੀ। ਜਿੱਦਣ ਆਇਆ ਨੰਗਾ, ਜਿੱਦਣ ਜਾਵੇਗਾ ਨੰਗਾ, ਤੇ ਖੱਬੇ ਖੱਬੇ ਕਾਹਨੂੰ ਡਾਂਗ ਚੱਕੀ ਫਿਰਦਾ, ਮੇਰੇ ਵਰਗਾ ਕੈਨੇਡਾ ਚ ਹੈ ਕੋਈ ਨੀ, ਮੇਰੇ ਵਰਗਾ ਯੂਕੇ ਚ ਹੈ ਕੋਈ ਨੀ, ਨਾਂਗੇ ਆਵਣ। ਤੁਹਾਨੂੰ ਬੇਨਤੀ ਹੈ
ਵਰਤਮਾਨ ਕਿਸੇ ਦਾ ਨਹੀਂ ਬਣਿਆ, ਇਹ ਬਾਦਸ਼ਾਹਾਂ ਦਾ ਨਹੀਂ ਬਣਿਆ, ਇਹ ਅਮੀਰਾਂ ਦਾ ਨਹੀਂ ਬਣਿਆ, ਇਹਦਾ ਪਤਾ ਹੀ ਨਹੀਂ, ਇਹਦਾ ਕੰਮੇ ਅਲੱਗ ਜਾਣਾ। ਵਰਤਮਾਨ ਕਦੇ ਸਟੇਬਲ ਨਹੀਂ ਹੋਇਆ, ਸਟੇ ਨਹੀਂ ਕਰਿਆ। ਜੇ ਸਟੇ ਕਰ ਜਾਵੇ ਇਹਨੂੰ ਵਰਤਮਾਨ ਕਵੇ ਕੌਣ? ਇਹ ਤਾਂ ਵਰਤ ਗਿਆ, ਬਸ ਲੱਗ ਗਿਆ। ਤੇ ਜੁੜੋ ਆਪਣੇ ਆਦ ਨਾਲ, ਜੁੜੋ ਆਪਣੇ ਅੰਤ ਨਾਲ, ਤੁਹਾਨੂੰ ਜੀਵਨ ਦਾ ਪਤਾ ਲੱਗ ਗਏ। ਗੁਠੜੀ ਲਾਲ ਤੀ ਅੰਬਾਨੀ, ਉਹ ਆਦ ਹੈ। ਗੁਰਮੁਖ ਪਿਆਰੇ, ਉਸ ਨਾਲ ਜੁੜਨਾ ਪਊਗਾ, ਉਹਦੇ ਵਿੱਚ ਪਾਣੀ ਪਾਉਣਾ ਪਊਗਾ, ਉਹਦੇ ਵਿੱਚ ਖਾਦ ਪਾਉਣੀ ਪਊਗੀ, ਉਹਦੀ ਜੜ ਨੂੰ, ਦਰਖਤ ਨੂੰ ਹਿੱਲਣ ਤੋਂ ਬਚਾਉਣਾ ਪਊਗਾ। ਤੇ ਫੇਰ ਕਾਹਦੇ ਨਾਲ ਜੁੜੋਗੇ? ਇਹਨੂੰ ਫਲ ਕੀ ਲੱਗਦਾ? ਹੁਣ ਥੋੜੀ ਮਰਜ਼ੀ ਹੈ ਵੀ ਕਿ ਟਾਣੀਆਂ ਨਾਲ ਜੁੜੇ ਰਹਿਣਾ ਅੱਜ ਕੇ ਅਕੁਰ ਸਾਧਨਾ ਗੱਬੇ ਗੱਬੇ ਤਾਂ ਟਾਣੇ ਤੇ ਟਾਣੀ ਹੈ, ਨਾ ਉਹ ਜੜ ਹੈ ਤੇ ਨਾ ਉਹ ਫਲ ਹੈ। ਆ ਗੱਬਾ ਗੱਬਾ ਤਾਂ ਇਸ ਮਨੁੱਖ ਰੂਪੀ ਦਰਖਤ ਦਾ ਟਾਣ ਹੈ। ਜੁੜ ਜੋ ਜੜ ਨਾਲ, ਉਹ ਕੌਣ ਹੈ? ਸਤਨਾਮ ਸ੍ਰੀ ਵਾਹਿਗੁਰੂ। ਉਹ ਹੈ ਤੇਰੀ ਜੜ ਬੁਨਿਆਦ ਬੀਜ ਵਾਹਿਗੁਰੂ, ਉਹਦੇ ਨਾਲ ਜੁੜੇ। ਤੇ ਗੁਰਮੁਖ ਪਿਆਰਿਓ, ਫਿਰ ਕੀ ਅੰਤ ਕੀ ਹੈ? ਅੰਤ ਫਿਰ ਉਹ ਅੰਬ ਨੂੰ ਲੱਗ ਜਾਣਗੇ ਮਿੱਠੇ ਮਿੱਠੇ ਫਲ। ਪੱਤੇ ਹੀ ਖਾਈ ਜਾਣੇ ਹੈ, ਟਾਣੀ ਹੀ ਚੂਸੀ ਜਾਣੀ ਹੈ, ਛਿਲਕੇ ਚੱਪਣਾ ਹੈ। ਆਦ ਤੇ ਅੰਤ ਦੋਹਾਂ ਵਿੱਚ ਆਨੰਦ ਹੈ। ਭੁੱਲ ਜਾਂਦਾ ਬੰਦਾ ਕਿ ਨਾਂਗੇ ਆਵਣ ਨਾਂਗੇ ਜਾਣਾ। ਆਪਣੇ ਦਾਦੇ ਕਨੀ ਨਿਗਾਹ ਮਾਰੀ ਨਾ, ਆਪਾਂ ਕੱਚਾ ਕੋਠਾ ਹੁੰਦਾ ਸੀ, ਕੱਚਾ ਇਹ ਜੇ ਕੋਠੇ ਹੁੰਦੇ ਸੀ ਨਾ ਆਪਣੇ ਪੰਜਾਬ ਚ। ਗੁਰਮੁਖ ਪਿਆਰਿਓ, ਜਦ ਸੌਣੇ ਸ਼ੁਰੂ ਹੋ ਜਾਣ, ਸੌਣ ਵੀ ਲੰਘ ਜਾਣੀ, ਭਾਤੋਂ ਵੀ ਲੰਘ ਜਾਣੀ, ਘਰ ਦਾ ਇੱਕ ਮੈਂਬਰ ਤਸਲਾ ਹੀ ਚੱਕੀ ਫਰੀ ਜਾਂਦਾ ਤਾਂ ਗਲੀਆਂ ਮੁੰਦਦਾ ਕੁਛ ਸਦਨਾ ਯਾਦ ਹੋਣਾ ਤੁਹਾਡੇ ਸਾਰੇ। ਯਾ ਮੀਂਹ ਪਾਇਆ ਨੀ ਤੇ ਆ ਸਦੀਰ ਟੁੱਟਿਆ ਨੀ, ਕਦੇ ਨੇ ਥੰਮੀ ਦੇ ਤੀ, ਕਦੇ ਨੇ ਕੁਛ ਪਸਾਦਾ। ਦੇਖੋ ਹੁਣ ਕਿੰਨਾ ਰਹਿੰਦੇ, ਚਿਪਸਾਂ ਲੱਗੀਆਂ ਨੇ, ਲੈਂਟਰ ਪਏ ਨੇ, ਗਲੀ ਮੁੱਲ ਕਰਨ ਦਾ ਕਿਸੇ ਨੂੰ ਫਿਕਰੇ ਨੀ, ਸਦੀਰ ਟੁੱਟਣ ਦਾ ਫਿਕਰੇ ਨੀ ਹੈ। ਕਦੇ ਬਿਜਲੀ ਨਹੀਂ ਸੀ ਹੁੰਦੀ ਆਪਣੇ ਘਰਾਂ ਚ, ਗੁਰਮੁਖੋ ਦੀਵੇ ਹੁੰਦੇ ਸੀ, ਲੈਂਟਰ ਹੁੰਦੀਆਂ ਸੀ, ਤੇ ਕਈ ਵਾਰ ਲਾਲਟਣ ਦੀ ਚਿਮਨੀ ਫੁੱਟ ਜਾਣੀ, ਹਫ਼ਤਾ ਲੰਘ ਜਾਂਦਾ ਸੀ, ਲਾਣੇਦਾਰ ਸ਼ਹਿਰ ਨੀ ਗਿਆ ਤੇ ਚਿਮਨੀ ਖੋਲ ਲਿਆਓ, ਦੇਰ ਚ ਬੈਠੇ ਰਹੀਦਾ ਸੀ। ਤੇ ਹੁਣ ਦੇਖ ਲੋ, ਇੱਕ ਇੱਕ ਕਮਰੇ ਚ ਚਾਰ ਚਾਰ ਪੁਆਇੰਟ, ਕੋਈ ਲਾਈਟ ਬਲਬ ਲੱਗਿਆ ਵਾ, ਕੋਈ ਟਿਊਬ ਲੱਗੀ ਹੋਈ ਹੈ, ਕੋਈ ਨੀਲੇ ਦੀ ਰੱਖਦਾ ਲੱਗਿਆ। ਕਿੰਨੀਆਂ ਰੋਸ਼ਨੀਆਂ ਰੋਸ਼ਨੀਆਂ, ਪੱਕੇ ਮਕਾਨ। ਬੀਵੀ ਕੋਲ ਤੁਰ ਕੇ ਜਾਣਾ ਪੈਂਦਾ ਹੁੰਦਾ ਸੀ ਕਿਸੇ ਵੈਦ ਤੋਂ ਦਵਾਈ ਲੈਣੀ, ਜਿੱਥੇ ਦਾਸ ਨੇ ਮੈਟ੍ਰਿਕ ਪਾਸ ਕੀਤੀ ਹੈ। ਸਾਡੇ ਪਿੰਡ ਤੋਂ ਪੰਜ ਕੋਹ ਹੈ ਸਕੂਲ, ਉਹ ਪੁਰਾਣੇ ਪੰਜ ਕੋਹ, ਨਾ ਕੋਈ ਸਾਈਕਲ ਨਾ ਕੋਈ ਬੱਸ ਦਾ ਤਾਂ ਸਵਾਲ ਨਹੀਂ ਸੀ ਉਦੋਂ। ਜਦੋਂ ਪਹਿਲੀ ਇਲੈਕਸ਼ਨ 1947 ਤੋਂ ਬਾਅਦ ਇੰਡੀਆ ਵਿੱਚ ਹੋਈ ਨਾ, ਤੁਹਾਡੇ ਯਾਦ ਹੋਣਾ, ਉਦੋਂ ਕਿਤੇ ਕਿਤੇ ਵੋਟਾਂ ਆਇਆ ਦੀ ਮੋਟਰ ਆਉਣ ਲੱਗੀ ਸੀ, ਮੋਟਰ ਪਿੰਡਾਂ ਚ ਟਰੱਕ ਚੱਕੇ ਲੈ ਜਾਂਦੇ ਹੁੰਦੇ ਸੀ ਵੋਟਾਂ ਆਏ ਨੂੰ। ਤੇ ਮੇਰੇ ਆਉਣ ਦੇ ਨਿਆਣੇ ਪਹਿਲਾਂ ਵਿੱਚ ਟਰੱਕ ਦੀ ਲੀਹ ਵੇਖਦੇ ਹੁੰਦੇ ਸੀ, ਮੋਟਰ ਦੀ ਲੀਹ ਹੈ ਵੇਖਦੇ ਹੁੰਦੇ ਸੀ, ਮੋਟਰ ਦੀ ਧੂੜ ਉੱਡਦੀ ਹੈ। ਵੇਖੋ ਹੁਣ ਘਰ ਘਰ ਮਸ਼ੀਨੀਆਂ ਖੜੀ ਹੈ, ਘਰ ਘਰ ਫੋਰਡਾਂ ਖੜੀਆਂ ਨੇ, ਘਰ ਘਰ ਟੋਇਟਾ ਖੜੀਆਂ ਨੇ, ਸਕੂਟਰ ਸੈਲਫ ਕਨਵੇਂਸ ਹੋ ਗਏ। ਵੇਖ ਲੋ ਗੁਰਮੁਖੋ, ਅੱਜ ਤੁਹਾਡੇ ਨਾਲ ਸੁੱਖ ਦੀ ਗੱਲ ਹੈ, ਜਿਹਦੇ ਪਿੱਛੇ ਆਪਾਂ ਨਿੱਠੇ ਭੱਜੇ ਫਿਰਦੇ ਹਾਂ। ਮੇਰੀ ਦੇਖਤ ਵਿੱਚ ਨਾ, ਮੇਰੀ ਦੇਖਤ ਵਿੱਚ ਦੋ ਸਾਬਣ ਹੁੰਦੇ ਸੀ ਆਪਣੇ ਘਰਾਂ ਵਿੱਚ, ਦੋ, ਇੱਕ ਲਾਲ ਤੇ ਇੱਕ ਚਿੱਟਾ। ਆਪਣੇ ਬਾਬੇ ਨੂੰ ਉਹਨਾਂ ਦੇ ਨਾਮ ਵੀ ਤਾਂ ਨਹੀਂ ਸੀ ਪਤਾ, ਅੰਮਾ ਨੂੰ ਵੀ ਲਾਈਫ ਬੋਏ ਤੇ ਸਨ ਲਾਈਟ, ਤੀਆ ਤੇ ਸਾਬਣੇ ਨਹੀਂ ਸੀ ਕੋਈ। ਤੇ ਫੁੜੀ ਉਹ ਫੁੜੇ ਨੂੰ ਕਹਿ ਦਿੰਦੀ ਸੀ ਲਾਣੇਦਾਰ ਨੂੰ, ਸ਼ਹਿਰ ਚੱਲੇ ਚਿੱਟੀ
ਚਿੱਟੀ ਟਿੱਕੀ ਲਿਆਈ ਜਾਂ ਲਾਲ ਲਿਆਈ, ਕਦੇ ਕੋਈ ਪ੍ਰਾਹੁਣਾ ਆ ਜਾਂਦਾ ਹੈ ਤੇ ਦੋ ਪੈਸੇ ਦੀ ਤਾਂ ਮੈਂ ਖਰੀਦੀ ਹੈ, ਮੈਂ ਤੋਂ ਪਹਿਲਾਂ ਕਿਸੇ ਨੇ ਪੈਸੇ ਦੀ ਵੀ ਖਰੀਦੀ ਹੋਣੀ ਹੈ। ਅੱਧੇ ਆਨੇ ਦੀ ਪਵਾਈ ਟਿੱਕੀ ਆਉਂਦੀ ਸੀ ਤੇ ਲਾੜੇ ਦਾ ਲਿਆ ਕੇ ਉਹ ਨਿਆਣੇ ਨੂੰ ਨਹੀਂ ਸੀ ਹੱਥ ਲਾਉਣ ਦਿੰਦਾ, ਉਹ ਬੇਬੇ ਨੂੰ ਹੀ ਫੜਾਉਂਦਾ ਸੀ, ਕੁੜੀ ਨੂੰ ਲੈ ਨੂੰ ਸਾਂਭ ਕੇ ਰੱਖੀ, ਜਿੱਦਣ ਕੋਈ ਪ੍ਰਾਹੁਣਾ ਆਊਗਾ ਤੇ ਖੜ ਲਾਂਗੇ। ਉਹ ਮਾਈ ਫੜ ਕੇ ਨਾ ਟਿੱਕੀ ਅਧਿਆਨੀ ਦੀ ਕੋਠੀ ਵਿੱਚ ਰੱਖ ਦਿੰਦੀ ਸੀ, ਜੇ ਤਾਂ ਕੋਈ ਪ੍ਰਾਹੁਣਾ ਆ ਗਿਆ ਤਾਂ ਉਹ ਹਿੱਲਦੀ ਸੀ, ਨਹੀਂ ਫਿਰ ਟਿੱਕੀ ਰਹਿੰਦੀ ਸੀ, ਤਾਂ ਹੀ ਉਹਦਾ ਨਾਮ ਟਿੱਕੀ ਹੈ ਲਿਖੇ ਹੋ ਸਕਦਾ। ਉਹ ਕੋਠੀ ਵਿੱਚ ਟਿੱਕੀ ਰਹਿੰਦੀ ਸੀ, ਉਹਨੂੰ ਹੱਥ ਨਹੀਂ ਸੀ ਕੋਈ ਲਾ ਸਕਦਾ। ਤੇ ਹੁਣ ਮੇਰੇ ਵਰਗਾ ਜੀ ਅਨਪੜ੍ਹ ਤੁਹਾਡੇ ਵਾਸ਼ਰੂਮਾਂ ਚ ਫੜ ਜਿਵੇਂ ਨੇ ਨਾ ਹੁਣ ਜਿਹੜੇ ਤੁਹਾਡੇ ਗੁਜ਼ਰ ਖਾਨੇ ਨੇ, ਤੇ ਮੇਰੇ ਵਰਗੇ ਨੂੰ ਨੀ ਪਤਾ ਲੱਗਦਾ ਵੀ ਇਹ ਸਾਬਣ ਹੈ ਕਿਤੇ ਲਿਖੇ ਹੋ ਸਕਦਾ। ਕੋਈ ਦੱਸ ਦਵੇ ਨਾਮ ਸੰਤਾ ਹੈ ਕਿਤੇ ਕੂਨ ਲਾਲੀ ਸਾਬਣ ਹੈ, ਪਤਾ ਨੀ ਲੱਗਦਾ ਕਿੰਨੇ ਤਰ੍ਹਾਂ ਦੇ ਸ਼ੈਂਪੂ, ਕਿੰਨੇ ਤਰ੍ਹਾਂ ਦੇ ਤੇਲ, ਕਿੰਨੇ ਤਰ੍ਹਾਂ ਦੇ ਸਾਬਣ ਸਾਬਣ ਤੁਹਾਡੇ ਪਏ ਨੇ, ਕਿੰਨੇ ਸੁੱਖ ਹੋ ਗਏ ਗੁਰਮੁਖੋ। ਬਾਲਟੀਆਂ ਕੱਢਣੀਆਂ, ਢੋਲ ਕੱਢਣੇ ਤੇ ਤਾਂ ਕਿਤੇ ਨਾ ਹੋਣਾ, ਭੈਣਾਂ ਨੇ ਘੜੇ ਭਰ ਭਰ ਕੇ ਰੱਖਣੇ ਤਾਂ ਸਾਰਾ ਦਿਨ ਕੱਢਣਾ, ਕਿੰਨਾ ਸੁੱਖ ਗੁਰਮੁਖੋ। ਤੁਹਾਡੇ ਘਰ ਵਾਹਿਗੁਰੂ ਨੇ ਸੁੱਖਾਂ ਦੀਆਂ ਚੀਜ਼ਾਂ ਨਾਲ ਭਰਤੇ, ਟੀਵੀ ਲੱਗੇ ਨੇ, ਟੀਵੀ ਤਾਂ ਕਈ ਘਰਾਂ ਵਿੱਚ ਮੈਂ ਐਸੇ ਦੇਖੇ ਨੇ ਝੋਟਿਆਂ ਜਿੱਡੇ ਜਿੱਡੇ ਨੇ, ਛੇ ਛੇ ਫੁੱਟ ਸਕੇਅਰ, ਤੇ ਛੇ ਫੁੱਟ ਸਕੇਅਰ ਤਾਂ ਮੇਰਾ ਖਿਆਲ ਝੋਟਾ ਵੀ ਨੀ ਹੁੰਦਾ ਹੋਣਾ। ਵੱਡੇ ਵੱਡੇ ਕਮਰੇ ਮੱਲੇ ਪਏ। ਤੁਹਾਨੂੰ ਬੇਨਤੀ ਹੈ ਵੀ ਜਿਹਦੇ ਘਰ ਨਾ ਹੋਵੇ ਤੇ ਕੱਲ ਨੂੰ ਪਹਿਲਾਂ ਟੀਵੀ ਖਰੀਦਿਓ, ਕਦੇ ਘਾਟੇ ਚ ਨਾ ਰਹਿ ਜਾਓ। ਧਰਮਰਾਜ ਨੇ ਪਹਿਲਾਂ ਜਾਂਦੇ ਨੂੰ ਪੁੱਛਣਾ ਵੀ ਕੋਈ ਗਾਉਣ ਛਾਉਣ ਵਾਲੀ ਸੁਣੀ ਕਿ ਨਹੀਂ, ਬਾਕੀ ਗੱਲਾਂ ਉਹਨੇ ਬਾਅਦ ਚ ਪੁੱਛਣੀ ਹੈ, ਕੋਈ ਤੂੰਬਾ ਸੁੰਬਾ ਖੜ ਗਿਆ ਕਦੇ ਕਿ ਨਹੀਂ। ਕਿੰਨੇ ਸੁੱਖਾਂ ਦੇ ਸਾਧਨ ਵਾਹਿਗੁਰੂ ਨੇ ਦੇ ਤੇ। ਆ ਕਿੱਥੇ ਹਾਰਟ ਬੈਡ ਢੂਹੀਆਂ ਨੂੰ ਖਾਈ ਜਾਂਦੀ ਹੁੰਦੀ ਸੀ ਮੁੰਜ, ਤੇ ਕਿੱਥੇ ਵਾਹਿਗੁਰੂ ਨੇ ਟੈਲਪ ਦੇ ਪਿੱਲੋ ਦਿੱਤੇ ਹੋਏ ਨੇ, ਡਬਲ ਬੈਡ ਦਿੱਤੇ ਹੋਏ ਨੇ। ਪਰ ਮੈਂ ਹੁਣ ਤੁਹਾਨੂੰ ਗੱਲ ਮੁਕਾਵਾਂ ਤੇ ਹੱਥ ਬੰਨ ਕੇ ਪੁੱਛਾਂ ਕਿ ਘਰ ਤਾਂ ਤੁਸੀਂ ਭਾਲੇ ਸੁੱਖਾਂ ਦੀਆਂ ਚੀਜ਼ਾਂ ਨਾ, ਪਰ ਵੀ ਮੈਨੂੰ ਇਮਾਨਦਾਰੀ ਨਾਲ ਦੱਸੋ ਕੋਈ ਸੁਖੀ ਹੈ ਕਿ ਨਹੀਂ। ਗੱਲ ਤੇ ਇੱਥੇ ਮੁੱਕਣੀ ਹੈ ਨਾ ਗੁਰਮੁਖ ਪਿਆਰਿਓ, ਘਰ ਭਾਲੇ ਸੁੱਖਾਂ ਦੇ ਸਾਧਨ ਨਾਲ ਤੇ ਸੁਖੀ ਕੋਈ ਦਿਖ ਨਹੀਂ ਰਿਹਾ, ਤੇ ਸੁੱਖਾਂ ਦੀਆਂ ਚੀਜ਼ਾਂ ਆਪਾਂ ਨੇ ਇੰਨੀਆਂ ਇਕੱਠੀਆਂ ਕੀਤੀਆਂ ਮੌਰਗੇਜ ਕਰਕੇ, ਲੋਨ ਤੇ ਕਿਸ਼ਤਾਂ ਤੇ ਵੀ ਆਪਾਂ ਸੁੱਖਾਂ ਦੀਆਂ ਚੀਜ਼ਾਂ ਲਿਆਂਦੀਆਂ ਵੀ ਸੁਖੀ ਹੋ ਜਾਂਦੀ। ਤੇ ਫਿਰ ਸੁਖੀ ਹੋਏ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਪ੍ਰੇਮੀਓ, ਇਹਨੂੰ ਪੜ੍ਹਿਆ ਘੱਟ ਕਰੋ, ਇਹਨੂੰ ਤੇਗਾ ਸ਼ੇਗਾ ਘੱਟ ਚਖਾਇਆ ਕਰੋ, ਇਹਨੂੰ ਰੁਮਾਲੇ ਸ਼ਮਾਲੇ ਵਿਸ਼ਾ ਘੱਟ ਦਿਆ ਕਰੋ, ਇਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਇਹਨੂੰ ਸਮਝੋ ਇਹ ਕੀ ਹੈ। ਸਾਡਾ ਹਾਲ ਹੁਣ ਇਹ ਹੋ ਗਿਆ, ਦਾਸ ਨੂੰ ਬੜੀ ਕਿਰਪਾ ਮਹਾਂਪੁਰਸ਼ਾਂ ਨੇ ਕੀਤੀ, 5 ਸਾਲ ਮੈਨੂੰ ਸੰਸਕ੍ਰਿਤ ਪੜ੍ਹਨ ਦਾ ਸਮਾਂ ਮਿਲਿਆ, ਔਰ ਮਿਲਿਆ ਵੀ ਐਸੇ ਮਹਾਨ ਵਿਦਵਾਨ ਮਹਾਂਪੁਰਸ਼ ਪੰਡਿਤ ਰੰਗਰਦਾਸ ਜੀ ਮਹਾਰਾਜ, ਜਿਹੜੇ ਐਡੇ ਸੰਸਕ੍ਰਿਤ ਦੇ ਵਿਦਵਾਨ ਸੀ, ਹਰਿਦੁਆਰ ਦੇ ਪੰਡਿਤ ਪੜ੍ਹਨ ਆਉਂਦੇ ਸੀ ਉਹਨਾਂ ਕੋਲ, ਔਰ ਹਸਮੁਖ ਇਹਨੇ ਬੱਚਿਆਂ ਨੂੰ ਪੜ੍ਹਾਉਣਾ, ਹੱਸਦਿਆਂ ਹੱਸਦਿਆਂ ਨੇ ਪੜ੍ਹਾਉਣਾ, ਕਦੇ ਟਿਊਰੀ ਨਹੀਂ ਪਾਉਣੀ। ਉਹ ਸਾਨੂੰ ਇੱਕ ਦਿਨ ਕਹਿੰਦੇ ਆ ਜਾਓ, ਤੁਹਾਨੂੰ ਬਾਹਮਣਾਂ ਦੀ ਕਹਾਣੀ ਸੁਣਾਈ ਗਈ ਸੀ, ਖੁਦ ਵੀ ਬਾਹਮਣੇ ਸਾਧੂ ਬਣੇ ਹੋਏ ਸੀ। ਕਹਿੰਦੇ 5-6 ਬਾਹਮਣ ਇਕੱਠੇ ਹੋ ਕੇ ਹਰਿਦੁਆਰ ਨੂੰ ਚੱਲੇ ਕੁੰਭ ਤੇ, ਉਦੋਂ ਤੁਹਾਨੂੰ ਪਤਾ ਹੀ ਹੈ ਕਿਤੇ ਕਿਤੇ ਰਸਤਿਆਂ ਤੇ ਖੂਹੀਆਂ ਲਵਾਈਆਂ ਹੁੰਦੀਆਂ ਸੀ, ਜਾਂ ਪਿੰਡਾਂ ਤੇ ਬਾਹਰ ਖੂਹ ਹੁੰਦਾ ਸੀ, ਉੱਥੇ ਲੱਜ ਡੋਲ ਰੱਖੀ ਹੁੰਦੀ ਸੀ ਮੁਸਾਫਰਾਂ ਵਾਸਤੇ, ਕਿਹੜੇ ਨਾਕੇ ਤੇ ਚੂਗਲ ਆਉਂਦੇ ਸੀ ਉੱਥੇ। ਉਹ 5-7 ਬਾਹਮਣ ਤੁਰੇ ਤੇ ਰਸਤੇ ਵਿੱਚ ਆ ਗਿਆ ਖੂਹ, ਪਿੰਡ ਤੋਂ ਬਾਹਰ ਇੱਕ ਬਾਹਮਣ ਕੱਢਣ ਲੱਗਿਆ ਖੂਹ ਚੋਂ ਪਾਣੀ ਦੀ ਬਾਲਟੀ ਤੇ ਕੁਦਰਤੀ ਤਿਲਕ ਕੇ ਖੂਹ ਚ ਗਿਰ ਗਿਆ। ਜਿਹੜੇ ਉੱਪਰ ਖੜੇ ਸੀ ਨਾ ਉਹਨੇ ਦਵਾਈ ਪਾਉਣੀ ਸੀ, ਉਹ ਉੱਚੀ ਉੱਚੀ ਕਹੀ ਜਾਣ ਪੰਡਤੰ ਕੂਪੰ ਗਤੰ, ਪੰਡਤੰ ਕੂਪੰ ਗਤੰ,
क्योंकि संस्कृत जानते थे। बंतन भूपों गतक दा पंजाबी विच अर्थ ब्राह्मण खूज गिर गया। जिहदी संस्कृत बोलना होवे ना, बंदा खूज गिर गया ब्राह्मण। पंडतन भूपों गतन ਉਹ ਰੌਲਾ ਪਾਇਆ ਤੇ ਪਿੰਡ ਵਾਲੇ ਹੋ ਗਏ ਇਕੱਠੇ ਹੋ ਕਹਿੰਦੇ ਕੀ ਹੋ ਗਿਆ ਦੱਸੋ ਤਾਂ ਸਹੀ। ਉਹ ਕਹਿੰਦੇ ਪੰਡਤਨ ਕੁਪੰਗਤਨ ਪਿੰਡ ਦੇ ਕਹਿੰਦੇ ਲਿਆਓ ਡਾਂਗਾ, ਇਹਨਾਂ ਦਾ ਦਿਮਾਗ ਖਰਾਬ ਹੈ। ਜਦ ਉਹਨਾਂ ਨੂੰ ਪੁੱਟਣ ਲੱਗੇ ਉਹ ਫਿਰ ਕਹੀ ਜਾਣ ਪੰਡਤੇ ਕੁਪੰਗਤ। ਇੰਨੇ ਨੂੰ ਤੂੰ ਬ੍ਰਾਹਮਣ ਆ ਗਿਆ ਪੜ੍ਹਿਆ ਲਿਖੋ, ਕਹਿੰਦੇ ਮਾਰੋ ਨਾ। ਕਹਿੰਦੇ ਮਾਰੀਏ ਕਿ ਉਹਨੇ ਰੌਲਾ ਪਾਉਣ ਤੇ ਨੀ ਹੜਦੇ, ਬੋਲਣ ਤੇ ਨੀ ਹੜਦੇ। ਉਹ ਕਹਿੰਦੇ ਬੋਲਦੇ ਨੀ ਤਾਂ ਪਿੱਟਦੇ ਨੇ, ਇਹਨਾਂ ਦਾ ਬ੍ਰਾਹਮਣ ਖੂਹ ਚ ਗਿਰ ਗਿਆ। ਕਹਿੰਦੇ ਮੂਰਖ ਦੇ ਜੱਜੇ ਕਹਿ ਦਿੰਦੇ ਹੁਣ ਕੱਢਣਾ ਲੱਜੇ ਰੱਖੇ ਰੱਖੋ ਸੱਚ ਨਾ। ਉਹ ਜੱਜ ਨੂੰ ਲੱਜ ਨੂੰ ਜੀ ਲਿਆਂਦੀ ਵਿਚਾਰਾ ਉਹ ਡੁੱਬ ਗਿਆ। ਜੇ ਕਹਿੰਦੇ ਪਹਿਲੇ ਹੀ ਕਹਿ ਦਿੰਦੇ ਸੀ ਕੱਢਣਾ ਲੱਜੇ, ਹੁਣ ਤੁਸੀਂ ਹਾਸਕਾ ਲਏ। ਮੈਂ ਤੁਹਾਨੂੰ ਬੇਨਤੀ ਉਹ ਕਰਦੇ ਕਿਤੇ ਜਪਜੀ ਪੜ੍ਹਦਿਆਂ ਦੀ ਇਹ ਲੰਘ ਜਾਵੇ ਤੇ ਜਪਜੀ ਦਾ ਪਤਾ ਲੱਗੇ ਹੀ ਨਾ। ਉਹ ਕਿਤੇ ਪੰਡਿਤ ਕੂਪੰ ਗਤੰ ਵਾਲੀ ਗੱਲ ਆਪਣੇ ਨਾਲ ਨਾ ਹੋ ਜਾਵੇ ਵੀ ਪੜ੍ਹੀ ਗਏ ਤੇ ਪਤਾ ਹੈ ਹੀ ਨੀ ਵੀ ਜਪਜੀ ਸਾਹਿਬ ਹੁੰਦੀ ਕੀ ਹੈ। ਇਹਨੂੰ ਪੜ੍ਹੋ ਘੱਟ, ਇਹਨੂੰ ਜਾਣੋ, ਇਹਨੂੰ ਸਮਝੋ ਬਾਣੀ ਦੇ ਅਰਥ ਕੀ ਨੇ, ਬਾਣੀ ਦੇ ਵਿਚਾਰ ਕੀ। ਤੇ ਮੈਂ ਤਾਂ ਤੁਹਾਨੂੰ ਬਹੁਤ ਹੀ ਪੜ੍ਹਨ ਨਾਲੋਂ ਇੱਕ ਗੱਲ ਕਹਿ ਦਿੰਦੇ ਵੀ ਇੱਕ ਤੁਕ ਦੀ ਨਿੱਤ ਵਿਚਾਰ ਕਰਦੇ ਕਰੋ, ਉਹੀ ਬਾਣੀ ਦੀ ਇੱਕ ਤੁਕ ਪੜ੍ਹੋ, ਉਹਦੇ ਅਰਥ ਸਮਝ ਲਓ, ਬਸ ਗੱਲ ਮੁੱਕੀ। ਗੁਰਸਿੱਖ ਨਹੀਂ ਉੱਥੇ ਆਪਾਂ ਆਏ ਨੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਵੀ ਇੰਨੇ ਸੁੱਖਾਂ ਦੇ ਸਾਧਨ ਇਕੱਠੇ ਕੀਤੇ, ਦੇਸ਼ ਛੋੜ ਪਰਦੇਸ਼ ਧਾਇਆ, ਇੰਡੀਆ ਛੱਡ ਕੇ ਇੰਗਲੈਂਡ ਕੈਨੇਡਾ ਅਮਰੀਕਾ ਵੀ ਆ ਗਏ, ਸੁਖੀ ਹੋ ਜਾਈਏ। ਸੁਖੀ ਕੋਈ ਦਿਖ ਨਹੀਂ ਰਿਹਾ, ਕਾਰਨ ਕੀ ਹੈ? ਨੌਵੇਂ ਪਾਤਸ਼ਾਹ ਦਾ ਉੱਤਰ ਦੇ ਰਹੇ ਤੇ ਜੁੜੇ ਰਹੇ ਨੇ ਭੋਗ ਦੇ ਸ਼ਲੋਕਾਂ ਵਿੱਚ, ਉਹਨੂੰ ਸਮਝਣ ਦੀ ਲੋੜ ਹੈ। ਨੌਵੇਂ ਪਾਤਸ਼ਾਹ ਕਹਿੰਦੇ ਯਤਨ ਬਹੁਤ ਸੁਖ ਕੇ ਕੀ ਹੈ, ਬੜੇ ਚੱਕ ਕਿਤੇ ਥੋੜੇ ਕੀਤੇ ਆਪਾਂ। ਸੁਖਾਂ ਦੇ ਸਾਧਨ ਲੱਭਦੇ ਲੱਭਦੇ ਜਵਾਨੀ ਆ ਗਈ, ਸੁਖਾਂ ਦੇ ਸਾਧਨ ਲੱਭਦੇ ਲੱਭਦੇ ਬੁਢੇਪਾ ਆ ਗਿਆ। ਕਾਲੀ ਹੂੰ ਫੁੱਲ ਧੌਲੇ ਆਏ ਬਿਨ ਨਾਵੇ ਖੱਸ ਗਿਆ। ਬੜੇ ਸਾਧਨ ਲੱਭੇ ਇਕੱਠੇ ਕੀਤੇ, ਯਤਨ ਬਹੁਤ ਸੁਖ ਕੇ ਕੀਏ। ਤੇ ਹੁਣ ਅਗਲਾ ਜਿਹੜਾ ਸ਼ਬਦਾਂ ਨੂੰ ਧਿਆਨ ਦੇਣ ਦੀ ਲੋੜ ਹੈ, ਇੱਦਾਂ ਨੀ ਉਹਨੇ ਸਮਝ ਆਉਣਾ। ਨੌਵੇਂ ਪਾਤਸ਼ਾਹ ਕਹਿੰਦੇ ਦੁੱਖ ਕੋ ਕੀਓ ਨਾ ਕੋਏ। ਇਹ ਬਹੁਤ ਭੇਜ ਹੈ ਬਾਣੀ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੜੇ ਯਤਨ ਤੇ ਸੁਖਾਂ ਦੇ ਕੀਤੇ, ਪਰ ਜਿੰਨੇ ਸਾਧਨ ਆਪਾਂ ਨੇ ਸੁਖਾਂ ਦੇ ਕੀਤੇ ਨੇ ਨਾ ਗੁਰਮੁਖੋ, ਉਹ ਸਾਰੇ ਸਰੀਰ ਨਾਲ ਸੰਬੰਧਿਤ ਨੇ, ਸਾਰੇ ਦੇਹ ਨਾਲ ਸੰਬੰਧਿਤ ਨੇ। 500 ਪਾਉਂਡ ਦਾ ਸੂਟ ਪਾਇਆ ਤੇ ਹੱਡ ਤੇ ਚੰਮ ਤੇ ਪਾਉਣਾ ਨਾ, 7 ਕੌਲੀਆਂ ਲਾ ਕੇ ਭੋਜਨ ਛਕਿਆ ਤੇ ਹੱਡ ਚੰਮ ਦੀ ਖੁਰਾਕ ਹੈ ਨਾ, 15 ਲੱਖ ਪਾਉਂਡ ਦੀ ਕੋਠੀ ਵਿੱਚ ਰਹਿ ਰਿਹਾ, ਉਹ ਹੱਡ ਚੰਮ ਰਹਿ ਰਿਹਾ ਤੇਰਾ। ਮਸੀਡ ਕਾਰ ਦੇ ਵਿੱਚ ਤੁਰ ਫਿਰ ਰਿਹਾ, ਤੇਰਾ ਹੱਡ ਤੇ ਚੰਮ ਦੇ ਫਿਰ ਰਹੀ ਹੈ। ਕੂਲਰ ਲੱਗੇ ਹੈ, ਏਸੀ ਦੀ ਮਸ਼ੀਨ ਲੱਗੀ ਹੈ, ਉਹ ਤੇਰੇ ਹੱਡ ਤੇ ਚੰਮ ਨੂੰ ਠੰਡਾ ਕਰ ਰਹੀ ਹੈ। ਇਹ ਜਿਤਨੇ ਸੁੱਖਾਂ ਦੇ ਸਾਧਨ ਇਕੱਠੇ ਕੀਤੇ, ਇਹ ਸਾਧਨ ਨੇ ਸਰੀਰ ਨੂੰ ਸੁੱਖ ਦੇਣ ਵਾਲੇ। ਪਰ ਨੌਵੇਂ ਪਾਤਸ਼ਾਹ ਕਹਿੰਦੇ ਦੁੱਖ ਕੋ ਕੀਓ ਨਾ ਕੋਏ। ਉਹ ਦੁਖੀ ਤੇਰਾ ਮਨ ਹੈ, ਉਹਦੀ ਵੱਟੀ ਹੋਣੀ ਰਹੀ ਆਖੋ ਸਾਧਨਾ, ਉਹਦਾ ਕੋਈ ਸਾਧਨ ਨਹੀਂ ਕੀਤਾ ਸੁਖੀ ਕਰਨ ਦਾ। ਦੁਖੀ ਤਾਂ ਤੇਰਾ ਮਨ ਤੇ ਸੁਖ ਦੇ ਤਨ ਨੂੰ। ਤੇ ਹਾਲਾਤ ਸਾਡੇ ਐਸੇ ਨੇ ਪ੍ਰੇਮੀਓ ਕਿ ਕਿਸੇ ਦੇ ਪੋੜਾ ਹੈ, ਅਕਸਰ ਹੈ ਉਹਦੇ ਸਿਰ ਵਿੱਚ, ਤੇ ਡਾਕਟਰ ਆਪਰੇਸ਼ਨ ਕਰੇ ਗੋਡਿਆਂ ਦਾ, ਸਿਰ ਦਾ ਦਰਦ ਕਿਵੇਂ ਹੈ?
ਕਿਸੇ ਦੇ ਫੋੜਾ ਅਲਸਰ ਹੈਗਾ ਪੇਟ ਵਿੱਚ ਤੇ ਡਾਕਟਰ ਵੱਢੀ ਬੈਠਾ ਗਿੱਟਿਆਂ ਨੂੰ ਇਹੀ ਗੱਲ ਆਪਣਾ ਉਜਰੇ ਤੁਹਾਡਾ ਮਨ ਭੱਠੀ ਵਿੱਚ ਪਾਏ ਦਾਣੇ ਵਾਂਗ ਤੇ ਤੁਸੀਂ ਕੂਲਰ ਮੂਹਰੇ ਬਿਠਾ ਲਿਆ ਹੋਇਆ ਤਨ ਨੂੰ ਨੋਟ ਕਰ ਲਿਓ ਗਰਮੀਆਂ ਪੈਂਦੀਆਂ ਨੇ ਸਮਰ ਆਉਂਦੀ ਹੈ ਬੋਇਲਿੰਗ ਪੁਆਇੰਟ ਤੇ ਟੈਂਪਰੇਚਰ ਚੜਿਆ ਜਾਂਦਾ ਪੰਛੀ ਮਰਨ ਲੱਗ ਜਾਂਦੇ ਨੇ ਤਪਸ ਹੋ ਜਾਂਦੀ ਹੈ ਟੋਬੇ ਨਦੀਆਂ ਸੁੱਕ ਜਾਂਦੇ ਨੇ ਇਹ ਇੱਕ ਅਮੀਰ ਦੀ ਕੋਠੀ ਹੈ 20 ਲੱਖ ਦੀ ਕੋਠੀ ਬੜੀ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਉਸ ਕੋਠੀ ਨੂੰ ਉਸ ਅਮੀਰ ਨੇ ਕੀਤਾ ਏਅਰ ਕੰਡੀਸ਼ਨ ਮਸ਼ੀਨ ਲੱਗੀ ਹੋਈ ਬਹੁਤ ਭੱਠ ਤਪਦਾ ਹੈ ਪਾਣੀ ਉਬਲ ਰਹੇ ਨੇ ਧਰਤੀ ਤਪ ਰਹੀ ਹੈ ਪਰ ਉਸ ਕੋਠੀ ਦੇ ਅੰਦਰ ਫ੍ਰੀਜ਼ਿੰਗ ਪੁਆਇੰਟ ਸਾਰੀ ਕੋਠੀ ਠੰਡੀ ਕੰਧਾਂ ਵੀ ਠੰਡੀਆਂ ਬੈੱਡ ਵੀ ਠੰਡਾ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਠੰਡੀਆਂ ਪਰ ਇੱਕ ਗੱਲ ਸੁਣ ਲਿਓ ਧਿਆਨ ਨਾਲ ਤੇ ਤੁਹਾਨੂੰ ਮੰਨਣੀ ਪਊਗੀ ਉਹ ਜਿਹੜੀ ਏਅਰ ਕੰਡੀਸ਼ਨ ਦੀ ਮਸ਼ੀਨ ਦੀ ਠੰਡ ਹੈ ਨਾ ਉਹ ਕੰਧਾਂ ਠੰਡੀਆਂ ਕਰ ਸਕਦੀ ਹੈ ਉਹ ਬੈੱਡ ਠੰਡਾ ਕਰ ਸਕਦੀ ਹੈ ਉਹ ਤੇਰੇ ਹੱਡ ਤੇ ਚਮ ਨੂੰ ਠੰਡਾ ਕਰ ਸਕਦੀ ਹੈ ਮਨ ਨੂੰ ਠੰਡਾ ਨਹੀਂ ਕਰ ਸਕਦੇ ਉਹਦੀ ਠੰਡ ਦੀ ਸ਼ਕਤੀ ਨੀ ਤੇਰੇ ਮਨ ਤੱਕ ਪੁੱਜ ਜਾਵੇ ਅਮੈਰੀਕਾ ਚੰਦਰਮਾ ਤੇ ਪੁੱਜ ਗਈ ਬੰਦਾ ਤਾਰ ਤੱਕ ਕਣਕ ਤੇ ਛੋਲੇ ਬੀਜਣ ਦੀ ਤਿਆਰੀ ਹੈ ਉਸ ਧਰਤੀ ਉੱਤੇ ਕੋਠੀ ਪਾਉਣ ਦੀ ਤਿਆਰੀ ਹੈ ਅਨੈਲਿਸਿਸ ਹੋ ਰਹੀ ਹੈ ਐਕਸਪੈਰੀਮੈਂਟਸ ਹੋ ਰਹੇ ਨੇ ਟੈਸਟਿੰਗ ਹੋ ਰਹੀ ਹੈ ਉਸ ਧਰਤੀ ਦੀ ਕਿਸੇ ਅਮਰੀਕਨ ਸਾਇੰਸਦਾਨ ਨੂੰ ਹੱਥ ਬੰਨ ਕੇ ਆਖਿਓ ਉਹ ਤੂੰ ਚੰਦਰਮਾ ਬਾਬਤ ਸਾਨੂੰ ਦੱਸ ਦਿੱਤਾ ਉਹ ਪ੍ਰੇਮੀਆ ਮੇਰੇ ਮਨ ਬਾਬਤ ਦੱਸ ਕੀ ਹੁੰਦਾ ਕਿਸੇ ਇੰਗਲੈਂਡ ਦੇ ਡਾਕਟਰ ਨੂੰ ਪੁੱਛਿਓ ਵੀ ਡਾਕਟਰ ਸਾਹਿਬ ਜਿਵੇਂ ਮੇਰੇ ਹੱਟ ਦਾ ਤੂੰ ਐਕਸਰੇ ਲੈਣਾ ਮੇਰੀ ਕਿਡਨੀਜ਼ ਦਾ ਐਕਸਰੇ ਲੈਣਾ ਮੇਰੇ ਗਾਲ ਬਲੈਡਰ ਦਾ ਐਕਸਰੇ ਲੈਣਾ ਮੇਰੇ ਬ੍ਰੇਨ ਦਾ ਐਕਸਰੇ ਲੈਣਾ ਮੇਰੀ ਚੈਸਟ ਦਾ ਐਕਸਰੇ ਲੈਣਾ ਤੇ ਕਿਰਪਾ ਕਰ ਮੇਰੇ ਮਨ ਦਾ ਐਕਸਰੇ ਰੱਖੇ ਚ ਵੀ ਇਹਨੇ ਬੜਾ ਦੁਖੀ ਕੀਤਾ ਹੋਇਆ ਕਿੰਝ ਮੇਰੇ ਮਨ ਦਾ ਐਕਸਰੇ ਤੇ ਉਹ ਹੱਥ ਬੰਨ ਕੇ ਕਹੂਗਾ ਗੁਰਮੁਖਾ ਤੇਰੇ ਮਨ ਦਾ ਐਕਸਰੇ ਕੀ ਖਿੱਚਾ ਮੈਨੂੰ ਮੇਰੇ ਆਪਣੇ ਦਾ ਹੀ ਪਤਾ ਨੀ ਵੀ ਢਿੱਡ ਚੈੱਕ ਕਿਟਿਆ ਚੰਦਰਮਾ ਤੇ ਪੁੱਜਣਾ ਬੜੀ ਸੁਖਾਲੀ ਗੱਲ ਹੈ ਮਨ ਤੱਕ ਪੁੱਜਣਾ ਬੜੀ ਔਖੀ ਗੱਲ ਹੈ ਉਹ ਏਅਰ ਕੰਡੀਸ਼ਨ ਦੀ ਮਸ਼ੀਨ ਤੇਰੇ ਤਨ ਨੂੰ ਠੰਡਾ ਕਰ ਸਕਦੀ ਹੈ ਹੱਡ ਚਮ ਨੂੰ ਇਹ ਵੀ ਸੁਣ ਲਿਓ ਸਿਆਣੇ ਬੈਠੇ ਕਿਉਂ ਉਹ ਏਅਰ ਕੰਡੀਸ਼ਨ ਦੀ ਮਸ਼ੀਨ ਮਾਦਾ ਹੈ ਉਹਦੀ ਪਹੁੰਚ ਮਾਦੇ ਤੱਕ ਮਾਦੇ ਦੀ ਮਾਦੇ ਤੱਕ ਪਹੁੰਚ ਉਹ ਏਸੀ ਦੀ ਮਸ਼ੀਨ ਮਟੀਰੀਅਲ ਹੈ ਤੇ ਤੇਰਾ ਸਰੀਰ ਵੀ ਮਟੀਰੀਅਲ ਹੈ ਤੇਰਾ ਮਕਾਨ ਵੀ ਮਟੀਰੀਅਲ ਹੈ ਮਾਦੇ ਤੱਕ ਮਾਦੇ ਦੀ ਪਹੁੰਚ ਹੈ ਪਰ ਉਹ ਏਸੀ ਦੀ ਮਸ਼ੀਨ ਨਹੀਂ ਠੰਡ ਪਹੁੰਚਾ ਸਕੇਗੀ ਤੇਰੇ ਮਨ ਨੂੰ ਉਜਰੇ ਭੱਠੀ ਦੇ ਦਾਣੇ ਵਿੱਚ ਤੇ ਨੌਵੇਂ ਪਾਤਸ਼ਾਹ ਕਹਿੰਦੇ ਬੜੇ ਯਤਨ ਕੀਤੇ ਤੂੰ ਸੁਖੀ ਹੋਣ ਦੇ ਬੰਦੇ ਆ ਪਰ ਸੁਖੀ ਕਿਉਂ ਨੀ ਹੋਇਆ ਕਿਉਂਕਿ ਦੁਖੀ ਤੇਰਾ ਮਨ ਹੈ ਉਹਦੀ ਦਵਾਈ ਨਹੀਂ ਲਈ ਇਹ ਨੋਟ ਕਰ ਲਿਓ ਸਾਰੀ ਜ਼ਿੰਦਗੀ ਵਾਸਤੇ ਜਿਸ ਬੰਦੇ ਦਾ ਮਨ ਦੁਖੀ ਹੈ ਨਾ ਸਾਰੀ ਦੁਨੀਆਂ ਦੇ ਸੁੱਖ ਉਹਦੇ ਕੋਲ ਇਕੱਠੇ ਹੋ ਜਾਣ ਉਹ ਸੁਖੀ ਨਹੀਂ ਹੋਵੇਗਾ ਇਹ ਮੇਰੀਆਂ ਮਾਵਾਂ ਧੀਆਂ ਬੈਠੀਆਂ ਨੇ ਵਾਹਿਗੁਰੂ ਨਾ ਕਰੇ ਕਿਸੇ ਬੱਚੇ ਦਾ ਵਿਯੋਗ ਹੋ ਜਾਵੇ ਕੀ ਕਰਨਗੇ ਉਹਨੂੰ ਸਿਉਣੇ ਦੇ ਕਹਿਣੇ ਕੀ ਕਰੇਗੀ ਉਹਨੂੰ 10 ਲੱਖ ਦੀ ਕੋਠੀ ਕੀ ਲਖੇ ਕਰੇਗਾ ਉਹਨੂੰ 5000 ਦਾ ਸੂਟ
ਕੀ ਉਸ ਮਾਂ ਨੂੰ ਕਰੂਗੀ ਥਾਲ ਵਿੱਚ ਲੱਗੇ ਹੋਏ ਭੋਜਨ ਤੇ ਸੱਤ ਕੌਲੀਆਂ? ਕੀ ਉਸ ਮੇਰੀ ਭੈਣ ਨੂੰ ਕਰਨਗੇ ਚੂੜੇ ਤੇ ਗਹਿਣੇ? ਨਹੀਂ ਸੁੱਖ ਪੁੱਜ ਸਕੂਗਾ ਉਹਨਾਂ ਦਾ, ਕਿਉਂ? ਕਿਉਂਕਿ ਮਨ ਦੁਖੀ ਹੈ। ਤੁਹਾਡੇ ਸਾਹਮਣੇ ਨੇ ਆਪਾਂ ਸਾਰੇ ਕ੍ਰਿਸ਼ਤੀ ਹੈ, ਜਦੋਂ ਮਨ ਦੁਖੀ ਹੁੰਦੇ ਨੇ ਗਹਿਣੇ ਭੈਣਾਂ ਤਾਰ ਕੇ ਸੁੱਟ ਦਿੰਦੀਆਂ ਨੇ, ਸੁਹਾਗ ਦੇ ਕੱਪੜੇ ਤਾਰ ਦਿੰਦੀਆਂ ਨੇ, ਆਪਣੇ ਸੋਹਣੇ ਕੇਸ ਪੱਟ ਦਿੰਦੀਆਂ ਨੇ, ਜਿਹਨਾਂ ਨੂੰ ਬੜੇ ਪਿਆਰ ਨਾਲ ਪਾਲਿਆ, ਜਿਹਨਾਂ ਨੂੰ ਬੜੇ ਕੀਮਤੀ ਗਹਿਣਿਆਂ ਨੂੰ ਲਿਆਂਦੇ, ਉਹ ਕਿਉਂ ਤਨ ਦੇ ਤਾਰ ਤੇ ਸੁੱਟ ਦਿੱਤੇ? ਕਿਉਂਕਿ ਹੁਣ ਮਨ ਦੁਖੀ ਹੈ, ਫੇਰ ਉਹਨਾਂ ਦਾ ਕੋਈ ਆਸਰਾ ਹੀ ਨਾ ਰਿਹਾ, ਕੋਈ ਸ਼ੌਕ ਨਾ ਰਿਹਾ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਇੱਕ ਮਿੰਟ ਵਾਸਤੇ। ਦੇਖੋ ਮੇਰੇ ਸਤਿਗੁਰਾਂ ਦਾ ਅਲੰਕਾਰ ਪੜੋ ਕੈਸਾ, ਆਪਾਂ ਨੂੰ ਸਮਝਾਉਣ ਖਾਤਰ ਮਰਜ ਕਹਿੰਦੇ, ਜਲ ਤਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ। ਧਿਆਨ ਦੇਣਾ ਮੇਰੇ ਗੁਰਦੇਵ ਦੀ ਬਾਣੀ ਵੱਲ ਜਰਾ। ਜੇਠ ਹਾੜ ਦੀਆਂ ਧੁੱਪਾਂ ਖਤਮ ਹੋ ਗਈਆਂ, ਸਾਵਣ ਦੀਆਂ ਬਾਰਿਸ਼ਾਂ ਸ਼ੁਰੂ ਹੋ ਗਈਆਂ, ਸਾਵਣ ਆਇਆ ਹੇ ਸਖੀ। ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਨੇ? ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਬਾਰਿਸ਼ਾਂ ਪੈਣ ਲੱਗ ਪਈਆਂ, ਇੱਕ ਭੈਣ ਬੀਬੀ ਅਬੀਰ ਉਹਦੀ ਸਰੋਵਰ ਦੇ ਕੰਢੇ ਤੇ ਕੋਠੀ, ਬੜਾ ਸੁੰਦਰ ਮਹਿਲ ਤੇ ਸਰੋਵਰ ਦੀ ਹਵਾ ਠੰਡੀ ਠੰਡੀ, ਜਲ ਥਲ ਨੀਰ ਭਰੇ ਸ਼ੀਤਲ ਪਵਨ ਚੁਲਾਰ ਦੇ। ਚਲ ਸਵੇਰੇ ਪਾਣੀ ਹੋ ਗਿਆ ਤੇ ਪਾਣੀ ਦੇ ਉੱਤੋਂ ਉੱਤੋਂ ਠੰਡੇ ਠੰਡੇ ਹਵਾ ਦੇ ਝੋਂਕੇ, ਹਵਾ ਦੇ ਬੁੱਲੇ ਉਸ ਕੋਠੀ ਵਿੱਚ ਪੈ ਰਹੇ ਨੇ। ਠੰਡੀ ਠੰਡੀ ਹਵਾ ਉਸ ਕੋਠੀ ਵਿੱਚ ਆ ਰਹੀ ਹੈ ਉਸ ਭੈਣ ਵਾਸਤੇ। ਉਸ ਕੋਠੀ ਵਿੱਚ ਹੋਰ ਕੀ ਹੈ? ਵੇਖੋ ਗੁਰਬਾਣੀ ਦਾ ਅਲੰਕਾਰ, ਜਲ ਤਲ ਨੀਰ ਭਰੇ ਸੀਤਲ ਪਵਣ ਚੁਲਾਰ ਦੇ, ਸੇਜੜੀਆਂ ਸੋਇਨ। ਜਿਹੜੇ ਪਲਕ ਨੇ ਨਾ ਉਸ ਭੈਣ ਦੀਆਂ ਸੇਜਾਂ ਮੰਜੇ, ਉਹ ਸਾਗਵਾਨ ਦੇ ਨਹੀਂ ਹੈ, ਉਹ ਟੀਕ ਦੇ ਨਹੀਂ ਹੈ, ਉਹ ਸਾਰੀ ਪਲਕ ਸਿਉਣੇ ਦੇ ਬਣੇ। ਸਿਉਣੇ ਦੀਆਂ ਸੇਜਾਂ ਸੇਜੜੀਆਂ ਸੋਇਨ, ਤੇ ਜਿਹੜੀ ਭੈਣ ਮਾਲਕ ਹੈ ਉਸ ਘਰ ਦੀ, ਹੀਰੇ ਲਾਲ ਜੜਨ ਦੀ ਆ, ਉਹਦੇ ਸਿਉਣਾ ਤੇ ਚਾਂਦੀ ਨੀ ਪਾਈ ਹੋਈ, ਇੰਨੀ ਅਮੀਰ ਹੈ, ਸਾਰੇ ਸਰੀਰ ਤੇ ਹੀਰੇ ਜਵਾਹਰਾਤ ਜੜੇ ਹੋਏ ਨੇ, ਮੋਤੀਆਂ ਦੀਆਂ ਮਾਲਾਂ ਪਾਈਆਂ ਹੋਈਆਂ ਨੇ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਅਲੰਕਾਰ, ਜਲ ਤਲ ਨੀਰ ਭਰੇ ਸ਼ੀਤਲ ਪਵਣ ਚੁਲਾਰ ਦੇ, ਸਰੋਵਰ ਦੇ ਕੰਢੇ ਕੋਠੀ, ਠੰਡੇ ਠੰਡੇ ਹਵਾ ਦੇ ਬੁੱਲੇ, ਤੇ ਪੈਣ ਵਾਸਤੇ ਸਿਉਣੇ ਦੀਆਂ ਸੇਜਾਂ, ਤੇ ਉਸ ਭੈਣ ਦੇ ਪਾਉਣ ਵਾਸਤੇ ਗਹਿਣੇ ਹੀਰੇ ਮੋਤੀਆਂ ਦੇ, ਹੀਰੇ ਲਾਲ ਜੜਨ ਦੀ ਆ। ਤੀਸਰੀ ਤੁਕ, ਸੁਭਰ ਕੱਪੜ ਭੋਗ। ਸੁਭਰ ਪਾਠ ਭਾਈ ਗੁਰੂ ਗ੍ਰੰਥ ਸਾਹਿਬ ਚ ਦੋ ਆਉਣੇ, ਇੱਕ ਸੁਭਰ ਇੱਕ ਸੁਭਰ, ਇੱਕ ਸੱਸੇ ਨੂੰ ਔਕੜ ਹੈ ਪਰ ਅਲਕ ਨੀ ਲਾਉਣੀ, ਇੱਕ ਸੱਸੇ ਨੂੰ ਔਕੜ ਹੈ ਅਲਕ ਲਾਉਣੀ ਹੈ। ਸੁਭਰ ਜਿੱਥੇ ਸੁਭਰ ਪਾਠ ਆ ਜਾਵੇ ਨੇ, ਸੁਭਰ ਕੱਪੜ ਗੁਰਮੁਖੋ, ਉਹਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਦੋਂ ਅਸੀਂ ਆਪਣੀ ਧੀ ਨੂੰ ਅਨੰਦਾਂ ਤੇ ਲਿਜਾਨੇ, ਜਿਹੜਾ ਉਹ ਸੁਹਾਗ ਦਾ ਸੂਟ ਉਸ ਬੱਚੀ ਦੇ ਪਾਇਆ ਹੁੰਦਾ ਨਾ ਸੂਗੇ ਰੰਗ ਦਾ, ਉਹਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ ਲਿਖਿਆ। ਉਸ ਸੁਹਾਗ ਭਰੇ ਸਗਨਾ ਭਰੇ ਸੁੰਦਰ ਜਿਹੜੇ ਸੂਟ ਹੁੰਦੇ ਨੇ ਅਨੰਦਾਂ ਤੇ ਬੈਠਣ ਸਮੇਂ, ਉਹਦੇ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ। ਦੇਖੋ ਕੈਸੇ ਬਚਨ ਨੇ ਗੁਰਦੇਵ ਦੇ, ਸਰੋਵਰ ਦੇ ਕੰਢੇ ਕੋਠੀ, ਠੰਡੀ ਠੰਡੀ ਹਵਾ ਦੇ ਝੋਂਕੇ, ਪਹਿਣ ਵਾਸਤੇ ਸਿਉਣੇ ਦੇ ਪਲਕ ਤੇ ਪਾਉਣ ਵਾਸਤੇ ਉਸ ਭੈਣ ਬੱਚੀ ਦੇ ਹੀਰੇ ਮੋਤੀਆਂ ਦੀਆਂ ਮਾਲਾਂ,
ये कपड़े कैसे जैसे सुहाग दे सुंदर पाए होते ने ऐसे सूट ये सारी कोठी भरी हुई है भोग पदार्थों के नाल जिस चीज नु इच्छा करे वही प्राप्त सुने हुण फैसला गुरु ग्रंथ साहब जी दा लिखियो जरा अपने मन की पट्टी उते फैसला की है जल थरनी भरे शीतल पवन चुलार दे छेजड़िया सोए हीरे लाल जड़ंदिया सुबर कपड़ भोग ये सब कुछ है पर नानक पीरी बिहूनी तत्तिया पति कोल नहीं है कोठी अग वर्गी लग रही है नहीं चंगे नहीं सुख दे रहे हवा दे ठंडे झोंके नहीं आराम दे रहे सोने दे पलंग नहीं आनंद दे रही हीरे मोतियां दी माला नहीं आनंद दे रहे छत्ती प्रकार दे भोजन क्योंकि पति परमात्मा कोल नहीं है ਤੁਹਾਡੀਆਂ ਕੋਠੀਆਂ ਸੁੱਖ ਨਾਲ ਵਾਹਿਗੁਰੂ ਹੋਰ ਭਰੇ ਸਭ ਸੁੱਖਾਂ ਦੇ ਸਾਧਨਾਂ ਨਾਲ ਭਰੀਆਂ ਹੋਈਆਂ ਨੇ ਪਰ ਵਿੱਚ ਰਹਿਣ ਵਾਲਿਆ ਸੁਖੀ ਕਿਉਂ ਨਹੀਂ ਹੈ ਕਿਉਂਕਿ ਇਸ ਜੀਵ ਰੂਪ ਇਸਤਰੀ ਦਾ ਮਾਲਕ ਪਤੀ ਪਰਮਾਤਮਾ ਕੋਲ ਨਹੀਂ ਹੈ ਨਾਨਕ ਪੀਰੀ ਵਿਹੋਣੀ ਤੱਤੀ ਆ ਅੱਗ ਵਰਗੀ ਲੱਗਦੀ ਆ ਉਹ ਕੋਠੀ ਸਤਿਗੁਰ ਪਾਤਸ਼ਾਹ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ ਉਹ ਬੜੇ ਸੁਖਾਂ ਦੇ ਸਾਧਨ ਤੋਂ ਢੂੰਡੇ ਬੜੇ ਕਤਨ ਕੀਤੇ ਉਹ ਬੰਦਿਆ ਸੁਖੀ ਕਿਉਂ ਨਹੀਂ ਹੋਇਆ ਕਿਉਂਕਿ ਦੁਖੀ ਹੈ ਤੇਰਾ ਮਨ ਉਹਦਾ ਤੂੰ ਇਲਾਜ ਨਹੀਂ ਕਰਾਇਆ ਉਹਦੀ ਤੂੰ ਦਵਾਈ ਨਹੀਂ ਲਈ ਦੁੱਖ ਕੋ ਕੀਓ ਨਾ ਕੋਏ ਇਸ ਹੱਡ ਚਮ ਦੇ ਸੁਖ ਤਾਂ ਬੜੇ ਇਕੱਠੇ ਕੀਤੇ ਮੈਂ ਬੇਨਤੀ ਕਰ ਰਿਹਾ ਸੀ ਜਿਹਦਾ ਮਨ ਦੁਖੀ ਹੈ ਉਹਨੂੰ ਦੁਨੀਆਂ ਦੇ ਲੱਖਾਂ ਸੁਖ ਵੀ ਮਿਲ ਜਾਣ ਉਹ ਸੁਖੀ ਨਹੀਂ ਹੋਵੇਗਾ ਤੇ ਦੂਜੇ ਪਾਸੇ ਵੀ ਯਾਦ ਰੱਖਿਓ ਜਿਹਦਾ ਮਨ ਸੁਖੀ ਹੈ ਨਾ ਲੱਖਾਂ ਦੁਨੀਆਂ ਦੇ ਦੁੱਖਾਂ ਦੇ ਪਹਾੜ ਉਹਦੇ ਉੱਤੇ ਟੁੱਟ ਪੈਣ ਮੁਸੀਬਤਾਂ ਟੁੱਟ ਪੈਣ ਆਫਤਾਂ ਟੁੱਟ ਪੈਣ ਜਿਹਦਾ ਮਨ ਸੁਖੀ ਹੈ ਉਹ ਕਦੇ ਦੁਖੀ ਨਹੀਂ ਹੋਵੇਗਾ ਆਰਾ ਚੱਲਿਆ ਤਨ ਤੇ ਚੀਰ ਦਿੱਤਾ ਮਤੀ ਦਾਸ ਨੂੰ ਤੁਹਾਡੇ ਚ ਕੋਈ ਕਹਿ ਸਕਦਾ ਵੀ ਦੁੱਖ ਨਹੀਂ ਲੱਗਿਆ ਹੋਵੇ ਕਿਉਂ ਨਹੀਂ ਲੱਗਿਆ ਉਹ ਸਿਰ ਵਿੱਚ ਤਾਂ ਥੋੜੇ ਜਿਹਾ ਕੰਘਾ ਚੁੱਭ ਜਾਵੇ ਤੇ ਉਹ ਨਹੀਂ ਸਹਾਰ ਹੁੰਦਾ ਪਰ ਆਰਾ ਜੀ ਰਿਹਾ ਸੀ ਤੇ ਜਪਜੀ ਸਾਹਿਬ ਕਿਉਂ ਪੜ੍ਹ ਰਿਹਾ ਸੀ ਬਈ ਆਲਾ ਤਨ ਨੂੰ ਜੀ ਰਿਹਾ ਸੀ ਮਨ ਗੁਰੂ ਨਾਲ ਜੁੜਿਆ ਹੋਇਆ ਸੀ ਮਨ ਇਸ ਸੁਖ ਵਿੱਚ ਪੁੱਜ ਗਿਆ ਸੀ ਆਲੇ ਦਾ ਦੁੱਖ ਵੀ ਸੀ ਨਹੀਂ ਘਾਰ ਸਕਿਆ ਇਹ ਗੱਲਾਂ ਕਰ ਲੈਣੀਆਂ ਸਿਖਾਲੀਆਂ ਮੇਰੇ ਵਰਗੇ ਨੂੰ ਤੁਹਾਨੂੰ ਸੁਣਨੀਆਂ ਸਿਖਾਲੀਆਂ ਨੇ ਪਰ ਪਤਾ ਉਸੇ ਨੂੰ ਹੈ ਜਿਹਦੇ ਸਿਰ ਤੇ ਚੱਲਿਆ ਹੋਏ ਆਲੂ ਵਾਂਗ ਬਾਲਤਾ ਭਾਈ ਦਿਆਲੇ ਨੂੰ ਤੇ ਸੀ ਕਿਉਂ ਨੀ ਵੱਟੀ ਤਨ ਨੂੰ ਦੁੱਖ ਸੀ ਪਰ ਮਾਈ ਮੇਰੇ ਮਨ ਕੋ ਸੁਖ ਉਹ ਜਿਸ ਮਨ ਨੂੰ ਸੁਖੀ ਕਰਦੀ ਤੇ ਮਨ ਨੂੰ ਸੁਖ ਦੇਣ ਵਾਲੀ ਕੀ ਚੀਜ਼ ਹੈ ਤੇ ਮੇਰੇ ਕਹਿਣ ਦੀ ਲੋੜ ਨੀ ਮੈਂ ਵੀ ਤੁਹਾਡੇ ਵਰਗਾ ਗ੍ਰਿਸ਼ਤੀ ਹੈ ਬੜੀਆਂ ਚੀਜ਼ਾਂ ਆਪਾਂ ਨੇ ਵੇਖ ਲਈਆਂ ਇਕੱਠੀਆਂ ਕਰ ਕਰਕੇ ਛਾਲਾਂ ਮਾਰ ਮਾਰ ਕੇ ਉਦਮ ਕਰ ਕਰਕੇ ਪਰ ਮਨ ਨੂੰ ਸੁਖ ਦੇਣ ਵਾਲੀ ਚੀਜ਼ ਕੋਈ ਲੱਭੀ ਨਹੀਂ ਜੇ ਮਨ ਨੂੰ ਸੁਖ ਦੇਣੇ ਹਲਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਜੇ ਮਨ ਨੂੰ ਸੁਖ ਦੇਣੇ ਜੋ ਸੁਖ ਕਾ ਚਾਹੇ ਸਦਾ ਸ਼ਰਨ ਰਾਮ ਕੀ ਲੇ ਜੇ ਮਨ ਨੂੰ ਇਹ ਦੁਨੀਆਂ ਦੇ ਪਦਾਰਥ ਤੁਹਾਨੂੰ ਥੋੜਾ ਚਿਰ ਸੁਖ ਦੇ ਦਿੰਦੇ ਆ ਜਿਹੜਾ ਭੁਲੇਖਾ ਪੈ ਜਾਂਦਾ ਤੁਹਾਨੂੰ ਭੁਲੇਖਾ ਕਦੇ ਤੁਸੀਂ ਜਗਲਰ ਦੇਖਿਆ ਜਗਲਰ ਮਦਾਰੀ ਪੰਜਾਬ ਵਿੱਚ ਆਵੇ ਹੁੰਦੇ ਤੇ ਉਹਦੇ ਕੋਲ ਬਾਂਦਰੀ ਹੁੰਦੀ ਹੈ
ਇੱਕ ਨਿਉਲਾ ਫੜਿਆ ਵਾ ਹੁੰਦਾ ਤੁਹਾਡੇ ਖੇਤਾਂ ਵਿੱਚੋਂ ਨਿਉਲਾ ਯਾਦ ਹੈ ਥੋੜੇ ਨਿਉਲੇ ਤੇ ਬਾਂਦਰ ਤਾਂ ਇੱਧਰ ਵੀ ਹੋਣੇ ਮੇਰੇ ਖਿਆਲ ਸ੍ਰੀ ਹਨੁਮਾਨ ਜੀ ਕੀ ਸੈਨਾ ਇਹ ਤਾਂ ਹਰ ਜਗ੍ਹਾ ਅਵੇਲੇਬਲ ਹੈ ਲਿਖੇ ਆਖੋ ਸੱਚ ਉਹ ਫੜ ਲੈਂਦਾ ਕਿਸੇ ਦਰਖਤ ਤੋਂ ਬਾਂਦਰ ਤੇ ਬਾਂਦਰ ਦੇ ਪਾ ਦਿੰਦਾ ਕੱਛੀ ਤੁਹਾਨੂੰ ਪਤਾ ਤੇ ਇੱਕ ਨਿਉਲਾ ਜੱਟਾਂ ਦੇ ਖੇਤ ਵਿੱਚੋਂ ਫੜਿਆ ਤੇ ਉਹਦੇ ਗਲ ਵਿੱਚ ਪਾ ਤੀ ਟੱਲੀ ਘੁਗਰੂ ਦੁਆ ਦਾ ਡਾਂਸ ਕਰਾਉਂਦਾ ਹੈ ਇੱਕ ਸ਼ਿਵਰ ਤੁਹਾਡੀ ਵੇਖੀਏ ਗੁੱਸਾ ਨਾ ਕਰਿਓ ਉਹ ਚ ਕੋਈ 15-18 ਸਾਲ ਦਾ ਨਿਆਣਾ ਤਾਂ ਖੜ ਜਾਵੇ ਪਰ ਮੈਂ ਉੱਥੇ 60 ਸਾਲ ਦੇ ਚਾਚੇ ਵੀ ਖੜੇ ਵੇਖੇ ਹੈ ਆਖੋ ਸਪਨਾ ਉਹ ਚ 72 ਸਾਲ ਦੇ ਬਾਪੂਆਂ ਵਰਗੇ ਵੀ ਨਿਉਲਾ ਨੱਚਦਾ ਵੇਖਦੇ ਦੇਖੇ ਮੈਂ ਐਵੇਂ ਕੋ ਕੈਸਾ ਤਮਾਸ਼ਾ ਹੈ ਉਹ ਗੁਰੂ ਕੋ ਤੂੰ ਵੇਖ ਤੇਰਾ ਤਜਰਬਾ ਕੀ ਹੈ ਜ਼ਿੰਦਗੀ ਦਾ ਤੂੰ ਅਜੇ ਵੀ ਨਿਉਲੇ ਦੀਆਂ ਕਲੀਆਂ ਸੁਣ ਤੂੰ ਅਜੇ ਵੀ ਬਾਦਲੀ ਦੇ ਨਾਚ ਓਏ ਤੂੰ ਆਪਣਾ ਨਾਚ ਵੇਖ ਤੂੰ 60 ਸਾਲ ਵਿੱਚ ਕੀ ਕੁਝ ਕੀਤਾ ਤੂੰ ਅਜੇ ਬਾਦਲੀਆਂ ਦੇ ਨਾਚ ਵੇਖਣ ਦੇ ਤੈਨੂੰ ਆਪਣਾ ਨਾਚ ਯਾਦ ਹੀ ਨਹੀਂ ਆਇਆ ਵੇ ਗੁਰਮੁਖਾ ਇੰਨੀ ਅਗਿਆਨਤਾ ਦੇ ਵਸ਼ ਹੈ ਤੇ ਉਸ ਨੂੰ ਇਕੱਠਾ ਕਰ ਲੈਂਦਾ ਲੋਕਾਂ ਨੂੰ ਉਹਦੇ ਕੋਲ ਇੱਕ ਗੁੱਠੜੀ ਹੁੰਦੀ ਹੈ ਮੇਰਾ ਖਿਆਲ ਹੈ ਤੁਸੀਂ ਭੁੱਲੇ ਨਹੀਂ ਹੋਣੇ ਗੱਲਾਂ ਇਹ ਇੱਕ ਗੁੱਠੜੀ ਜੀ ਹੁੰਦੀ ਹੈ ਪਾਟੀ ਜੀ ਉਸ ਮਦਾਰੀ ਦੇ ਕੋਲ ਉਹਨੂੰ ਫਾਰਸੀ ਚ ਕਹਿੰਦੇ ਸ਼ੇਰ ਇਹ ਜੋ ਦੁਨੀਆਂ ਸ਼ੇਰ ਮੇਲਾ ਸ਼ੇਰ ਨਾਮ ਹੈ ਫਾਰਸੀ ਵਿੱਚ ਮਦਾਰੀ ਦਾ ਇਹ ਦੁਨੀਆਂ ਮਦਾਰੀ ਦਾ ਮੇਲਾ ਹੈ ਦਸਤਗੀਰੀ ਨਾ ਹੈ ਸਦਹਿਣ ਵਾਲੀ ਚੀਜ਼ ਨਹੀਂ ਹੈ ਤੇ ਤੁਸੀਂ ਉਸ ਮਦਾਰੀ ਨੂੰ ਧਿਆਨ ਨਾਲ ਵੇਖਿਆ ਹੋਣਾ ਜਦੋਂ ਡੂਡਗੀ ਵਜਾਉਂਦਾ ਬੰਦ ਨੱਚਦਾ ਜੋੜਾ ਨੱਚਦਾ ਹੋ ਜਾਂਦੇ ਲੋਕ ਇਕੱਠੇ ਫੇਰ ਕੀ ਕਰਦਾ ਉਹ ਜਿਹੜੀ ਗੁੱਛੜੀ ਹੁੰਦੀ ਹੈ ਨਾ ਪਾਰਟੀ ਜਿਹਦੇ ਕੋਲ ਉਹਦੇ ਵਿੱਚੋਂ ਅੰਗੂਰਾਂ ਦੇ ਗੁੱਛੇ ਖੜ ਦਿੰਦਾ ਅੰਗੂਰਾਂ ਦੇ ਅੰਗੂਰ ਵੀ ਬਠਿੰਡੇ ਦੇ ਨੀ ਚਮਨ ਦੇ ਖੜਦੇ ਚਮਨ ਦੇ ਲੰਮੇ ਲੰਮੇ ਤੇ ਗੁੱਛੜੀ ਵਿੱਚੋਂ ਹੀ ਅੰਬ ਖੜਦਾ ਤੁਹਾਡੇ ਸਾਹਮਣੇ ਤੇ ਅੰਬ ਕਿਹੜਾ ਬਾਗਾਂ ਵਾਲੇ ਦੇ ਖੜਦਾ ਅੰਬ ਵੀ ਦੁਸ਼ਹਿਰੀ ਖੜਦਾ ਸ਼ਹਿਰ ਲੰਮੇ ਲੰਮੇ ਤੇ ਬੈਠਾ ਬੈਠਾ ਮਦਾਰੀ ਤੁਹਾਡੇ ਸਾਹਮਣੇ ਮੂੰਹ ਦੇ ਵਿੱਚੋਂ ਰੁਪਈਏ ਕੱਢਦੇ ਚਾਂਦੀ ਦੇ ਰੁਪਈਏ ਠਪੜਪ ਕਰ ਰਹੇ ਨੇ ਠਪੜਪ ਕਰ ਰਹੇ ਨੇ ਮੂੰਹ ਚੋਂ ਚਾਂਦੀ ਦੇ ਰੁਪਈਏ ਤੇ ਭੁਲੇਖਾ ਦੇਖਣ ਵਾਲੇ ਨੂੰ ਪੈ ਗਿਆ ਇਹਦੇ ਮੂੰਹ ਚੋਂ ਚਾਂਦੀ ਦੇ ਰੁਪਈਏ ਡਿੱਗਦੇ ਨੇ ਇਹਦੀ ਗੁੱਛੜੀ ਦੇ ਵਿੱਚੋਂ ਅੰਬ ਨਿਕਲ ਰਹੇ ਨੇ ਅੰਗੂਰ ਨਿਕਲ ਰਹੇ ਨੇ ਇਹ ਹੈ ਭੁਲੇਖਾ ਅਸਲੀਅਤ ਕੀ ਹੈ ਉਹ ਜਿਹੜੇ ਮੂੰਹ ਦੇ ਵਿੱਚੋਂ ਚਾਂਦੀ ਦੇ ਰੁਪਈਏ ਗੇ ਰਿਹਾ ਉਹ ਮੰਗ ਰਿਹਾ ਦੋ ਦੋ ਆਨੇ ਅੱਜ ਕੇ ਆਖੋ ਉਹ ਜਿਹੜਾ ਗੁੱਛੜੀ ਵਿੱਚੋਂ ਅੰਬ ਕੱਢ ਰਿਹਾ ਤੇ ਮਿੰਤਾ ਕਰਦਾ ਮੈਨੂੰ ਕੋਈ ਰਾਤ ਦਾ ਹੀ ਪਿਆ ਟੁੱਕਰ ਦੇ ਦੋ ਖਾਣ ਲੱਗੋ ਇਹ ਭੁਲੇਖਾ ਹੈ ਇਹ ਜੋ ਦੁਨੀਆਂ ਸ਼ੇਰ ਮੇਲਾ ਇਹੀ ਭੁਲੇਖਾ ਤੁਹਾਨੂੰ ਪੈ ਗਿਆ ਕਿ ਮਾਇਆ ਸੁਖ ਦਿੰਦੀ ਹੈ ਮਾਇਆ ਪ੍ਰਭਤਾ ਦਿੰਦੀ ਉਹ ਮਦਾਰੀ ਦੀ ਗੁੱਛੜੀ ਵਿੱਚ ਕਦੇ ਅੰਬ ਲੱਗੇ ਜੇ ਉਹਦੇ ਮੂੰਹ ਵਿੱਚੋਂ ਚਾਂਦੀ ਦੇ ਰੁਪਈਏ ਡਿੱਗਣ ਤੇ ਬਾਂਦਰ ਨੀ ਚਾਹੁੰਦਾ ਫਿਰ ਉੱਥੇ ਬੰਦੇ ਨੂੰ ਵੀ ਚਾਰ ਦੇ ਫੜ ਕੇ ਤੇ ਮੰਗ ਰਿਹਾ ਦਸੀ ਦਸੀ ਉਹੀ ਮਦਾਰੀ ਦੇ ਤਮਾਸ਼ੇ ਵਾਲਾ ਭੁਲੇਖਾ ਸਾਨੂੰ ਪੈ ਗਿਆ ਕਿ ਮਾਇਆ ਸਾਨੂੰ ਸੁੱਖ ਦੇ ਦੇਵੇਗੀ ਇਹ ਪਦਾਰਥ ਸਾਨੂੰ ਸੁੱਖ ਦੇ ਦੇਵੇਗਾ ਇਹ 4 ਦਿਨ ਦੀ ਮਿਲੀ ਹੋਈ ਕੁਰਸੀ ਸਾਨੂੰ ਸੁੱਖ ਦੇ ਦੇਵੇਗੀ ਇਹ ਸਾਰੇ ਹੀ ਮਦਾਰੀ ਦਾ ਤਮਾਸ਼ਾ ਜਾਓ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਪੀਲੇ ਬਸ ਜੇ ਸਦਾ ਸੁਖ ਆਹ ਜਿਹੜਾ ਦੇਹੀ ਦਾ ਸੁਖ ਹੈ ਨਾ ਗੁਰਮੁਖੋ ਇਹ ਅਨਿਤ ਸੁਖਮ ਵਿਆਪਤਨ ਇਹਨੂੰ ਸ਼ਾਸਤਰ ਕਹਿੰਦੇ ਅਨਿਤ ਸੁਖ ਹੈ ਨਾ ਰਹਿਣ ਵਾਲਾ ਨਿਤ ਸੁਖ ਨਹੀਂ ਇਹਨੂੰ ਰਹਿਣਾ ਇਹ ਇੱਕ ਭੁੰਡੀਓ ਹੈ ਕੋਈ ਸਿਆਣਾ ਸਮਝਿਓ ਮੇਰੀ ਬੇਨਤੀ ਨੂੰ ਵੇਦਾਂਤ ਦੀ ਇਸ ਦੇਹੀ ਦਾ ਜਿਹੜਾ ਸੁੱਖ ਹੈ ਇਹ ਸਦਾ ਕਿਉਂ ਨਹੀਂ ਰਹਿੰਦਾ ਕਦੇ ਛੋਟੀ ਤੁਸੀਂ ਗੱਲ ਇਹ ਬੜੇ ਮੁਸ਼ਕਲ ਮਸਲੇ ਨੇ ਇਸ ਦੇਹੀ ਦਾ ਸੁੱਖ ਸਦਾ ਕਿਉਂ ਨਹੀਂ ਰਹਿੰਦਾ ਉਹ ਪ੍ਰੇਮੀਓ ਇਹ ਖੁਦ ਸਦਾ ਰਹਿਣ ਵਾਲੀ ਨਹੀਂ ਹੈ ਜਿਹੜੀ ਚੀਜ਼ ਖੁਦ ਸਦਾ ਰਹਿਣ ਵਾਲੀ ਨਹੀਂ ਉਹਦਾ ਸੁੱਖ ਸਦਾ ਕਿਵੇਂ ਰਹੂਗਾ ਉਹਦੀ ਪ੍ਰਭੂਤਾ ਸਦਾ ਕਿਵੇਂ ਰਹੂਗੀ ਇਹ ਦੇਹੀ ਖੁਦ ਖਿੰਨ ਭੰਗਨ ਹੈ
Thank you.
Vaiguru Jee Bhagavan Sahib